ਸਲੋਕ ਮਹਲਾ ਦੂਜਾ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣਈ ਆਵੇ ਆਪ ਲਖਾਏ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣਈ ਆਵੇ ਆਪ ਰਤਨਾ ਕਿਹੜੀ ਗੁਥਲੀ ਰਤਨੀ ਖੋਲੀਆ ਵੱਖਰ ਤੈ ਵਣਜਾਰਿਆ ਦੋਹਾਂ ਰਹੀ ਸਮਾ ਜਿਨ ਗੁਣ ਪੱਲੇ ਨਾਨਕਾ ਮਾਣਕ ਵਣਜੈ ਸੇ ਰਤਨਾ ਸਾਰ ਨਾ ਜਾਣਨੀ ਅੰਧੇ ਵਤੈ ਲੋਇ ਜਿਨ ਗੁਣ ਪੱਲੇ ਨਾਨਕਾ ਮਾਣਕ ਵਣਜੈ ਸੇ ਰਤਨਾ ਸਾਰ ਨਾ ਜਾਣਨੀ ਅੰਧੇ ਵਤਹਿ ਲੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸਲੋਕਾਂ ਦੇ ਵਿੱਚੋਂ ਆਪ ਜੀ ਨੇ ਜਿਨ੍ਹਾਂ ਦੋ ਸਲੋਕਾਂ ਦਾ ਪਾਠ ਸ਼ਰਵਣ ਕੀਤਾ ਹੈ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਇਸ ਵਾਰ ਦੀ 15ਵੀਂ ਪੌੜੀ ਦੇ ਨਾਲ ਸੰਬੰਧਿਤ ਇਹ ਦੋਵੇਂ ਸਲੋਕ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 954 ਉੱਪਰ ਗੁਰੂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਇਹਨਾਂ ਪਾਵਨ ਸਲੋਕਾਂ ਦਾ ਪਾਠ ਦਰਜ ਹੈ ਗੁਰੂ ਪਾਤਸ਼ਾਹ ਜੀ ਨੇ ਇੱਕ ਉਦਾਹਰਣ ਦੇ ਕੇ ਇਸ ਪੱਖ ਨੂੰ ਬਿਆਨ ਕੀਤਾ ਹੈ ਕਿ ਗੁਣਹੀਣ ਮਨੁੱਖ ਕਦੇ ਵੀ ਗੁਣ ਦੀ ਸਹੀ ਕਦਰ ਨਹੀਂ ਪਾ ਸਕਦਾ ਜਿਸ ਚੀਜ਼ ਨੂੰ ਮਨੁੱਖ ਨੇ ਜੀ ਕੇ ਨਾ ਵੇਖਿਆ ਹੋਵੇ ਜਿਸ ਦੀ ਉਹਨੂੰ ਸਾਰ ਨਾ ਹੋਵੇ ਉਸ ਚੀਜ਼ ਦੀ ਉਸ ਮਨੁੱਖ ਦੇ ਕੋਲੋਂ ਕਦਰ ਦੀ ਆਸ ਕਰਨੀ ਇਹ ਮਨੁੱਖ ਇਸ ਚੀਜ਼ ਦੀ ਕਦਰ ਕਰੇਗਾ ਆਦਰ ਕਰੇਗਾ ਇਹ ਵਿਅਰਥ ਦੀ ਖੇਡ ਹੈ ਗੁਰੂ ਪਾਤਸ਼ਾਹ ਜੀ ਨੇ ਇੱਥੇ ਉਦਾਹਰਣ ਦਿੱਤੀ ਹੈ ਸਤਿਗੁਰੂ ਕਹਿੰਦੇ ਨੇ ਕਿਸੇ ਅੰਨੇ ਮਨੁੱਖ ਨੂੰ ਜਿਸ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਉਸ ਨਜ਼ਰਹੀਣੇ ਮਨੁੱਖ ਦੇ ਸਾਹਮਣੇ ਅਸੀਂ ਕੀਮਤੀ ਰਤਨ ਰੱਖ ਦਈਏ ਹੀਰੇ ਰੱਖ ਦਈਏ ਤੇ ਉਸ ਨੂੰ ਆਖੀਏ ਵੀ ਇਹ ਤੂੰ ਪਰਖ ਕੇ ਦੱਸ ਵੀ ਇਹਨਾਂ ਚੋਂ ਕਿਹੜਾ ਸਹੀ ਹੈ ਤੇ ਕਿਹੜਾ ਨਕਲੀ ਹੈ ਜਿਸ ਨੂੰ ਨਜ਼ਰ ਹੀ ਕੁਝ ਨਹੀਂ ਆਉਂਦਾ ਉਹ ਅਸਲ ਤੇ ਨਕਲ ਦਾ ਫਰਕ ਕਿਵੇਂ ਸਮਝਾ ਪਾਏਗਾ
ਉਹਦੇ ਵਾਸਤੇ ਤੇ ਹਨੇਰਾ ਹੀ ਹਨੇਰਾ, ਉਹਦੇ ਸਾਹਮਣੇ 10 ਰੰਗ ਇਕੱਠੇ ਕਰਕੇ ਰੱਖੇ ਜਾਣ, ਇਹ 10 ਰੰਗਾਂ ਚੋਂ ਤੈਨੂੰ ਕਿਹੜਾ ਪਸੰਦ ਹੈ, ਤੇ ਉਹਨੂੰ ਜਦੋਂ ਕੁਝ ਦਿਖਾਈ ਨਹੀਂ ਦੇ ਰਿਹਾ, ਉਹ ਵੱਖਰੇ ਵੱਖਰੇ ਰੰਗਾਂ ਦਾ ਭੇਤ ਫਰਕ ਕਿਵੇਂ ਸਮਝ ਪਾਏ। ਉਹਦੇ ਸਾਹਮਣੇ ਜ਼ਹਿਰ ਤੇ ਅੰਮ੍ਰਿਤ ਰੱਖ ਦਿੱਤਾ ਜਾਏ ਉਹਦੇ ਵਾਸਤੇ ਇੱਕ ਸਮਾਨ ਹੈ, ਉਹਦੇ ਲਈ ਹਨੇਰੇ ਚਾਨਣ ਦੇ ਕੋਈ ਮਾਇਨੇ ਨਹੀਂ। ਵੱਖਰੇ ਵੱਖਰੇ ਆਕਾਰ, ਸ਼ਕਲਾਂ, ਰੂਪ, ਰੰਗ, ਬਣਤਰਾਂ ਉਹਦੇ ਸਾਹਮਣੇ ਨਾਟਕ ਚੇਟਕ ਕੀਤੇ ਜਾਣ, ਇਹ ਸਾਰੀਆਂ ਚੀਜ਼ਾਂ ਉਹਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਉਸਨੂੰ ਕੋਈ ਵੀ ਚਿੱਤਰ, ਕੋਈ ਦ੍ਰਿਸ਼ ਵਿਖਾਈ ਨਹੀਂ ਦਿੰਦਾ। ਗੁਰੂ ਮਹਾਰਾਜ ਕਹਿੰਦੇ ਨੇ ਇੱਥੇ ਅੰਨੇ ਤੋਂ ਭਾਵ ਇਹ ਨਹੀਂ ਵੀ ਜਿਸ ਦੀ ਅੱਖਾਂ ਦੀ ਨਜ਼ਰ ਨਹੀਂ, ਇੱਥੇ ਅੰਨੇ ਤੋਂ ਭਾਵ ਹੈ ਜਿਸ ਮਨੁੱਖ ਦੀ ਸੁਰਤ ਸੋਝੀ ਕੰਮ ਨਹੀਂ ਕਰਦੀ। ਸੋਝੀਹੀਣ ਮਨੁੱਖ ਹੈ ਜਿਹੜਾ, ਉਹ ਕਿਸੇ ਗਿਆਨਮਈ ਗੱਲ ਦੀ, ਕਿਸੇ ਉੱਤਮ ਵਿਚਾਰ ਦੀ, ਕਿਸੇ ਗੁਣ ਦੀ ਕੀਮਤ ਕੀ ਸਮਝ ਸਕਦਾ, ਉਸ ਚੀਜ਼ ਦੀ ਉਸਨੂੰ ਸਾਰ ਹੀ ਕੋਈ ਨਹੀਂ। ਹੋਰ ਵੇਖੋ, ਗੁਰੂ ਮਹਾਰਾਜ ਨੇ ਜੋ ਇੱਥੇ ਬਚਨ ਕਿਹਾ, ਸਤਿਗੁਰੂ ਕਹਿੰਦੇ ਨੇ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਈ ਆਵੇ ਆਪ ਲਖਾਏ। ਹੁਣ ਐਸਾ ਮਨੁੱਖ ਦਾਵਾ ਇਹ ਕਰੇ ਵੀ ਮੈਂ ਪਰਖ ਲਵਾਂਗਾ, ਅੱਖਾਂ ਤੋਂ ਉਹਨੂੰ ਦੀਦਾ ਨਹੀਂ ਪਰ ਦਾਵਾ ਵੀ ਕਰੇ ਵੀ ਮੈਂ ਪਰਖ ਲਵਾਂਗਾ, ਤੇ ਉਹ ਫੜ ਫੜ ਕੇ ਵੇਖੇ ਤੇ ਨਕਲੀ ਨੂੰ ਅਸਲੀ ਦੱਸੀ ਜਾਏ ਤੇ ਅਸਲੀ ਨੂੰ ਨਕਲੀ ਦੱਸੀ ਜਾਏ, ਭਾਵੇਂ ਉਹ ਵੈਸੇ ਮਹਿਸੂਸ ਨਾ ਹੋਣ ਦੇਵੇ ਸਾਨੂੰ ਕਿ ਇਹਨੂੰ ਨਜ਼ਰ ਨਹੀਂ ਆਉਂਦਾ, ਉਹ ਰਿਐਕਟ ਇਵੇਂ ਹੀ ਕਰਦਾ ਹੋਵੇ ਕਿ ਅਸੀਂ ਮੰਨ ਲਈਏ ਵੀ ਬੰਦੇ ਨੂੰ ਤਾਂ ਦੀਦਾ ਤੇ ਪਾਰਖੂ ਵੀ ਹੈ, ਪਰ ਜਦੋਂ ਨਕਲੀ ਨੂੰ ਅਸਲੀ ਤੇ ਅਸਲੀ ਨੂੰ ਨਕਲੀ ਆਖੇਗਾ, ਜਦੋਂ ਸਾਹਮਣੇ ਪਏ ਹੋਏ ਕਿਸੇ ਹੀਰੇ ਨੂੰ ਫੜਨ ਲੱਗਿਆ ਉਹ ਟੋਏਗਾ, ਤਾਂ ਉਹਦੀਆਂ ਹਰਕਤਾਂ ਤੋਂ ਸਾਨੂੰ ਪਤਾ ਲੱਗੇਗਾ ਵੀ ਇਹਨੂੰ ਤਾਂ ਨਜ਼ਰ ਹੀ ਨਹੀਂ ਆਉਂਦਾ, ਤੇ ਦਾਅਵਾ ਇਹ ਕਰਦਾ ਸੀ ਵੀ ਮੈਂ ਹੀਰਿਆਂ ਦਾ ਪਾਰਖੂ ਵੀ ਹਾਂ, ਇਹਨੂੰ ਤਾਂ ਸਾਹਮਣੇ ਪਿਆ ਹੀਰਾ ਨਜ਼ਰ ਨਹੀਂ ਆ ਰਿਹਾ, ਤੇ ਇਹ ਬੰਦਾ ਅੱਖਾਂ ਤੋਂ, ਅੱਖਾਂ ਦੀ ਜੋਤ ਤੋਂ ਵਿਰਵਾ ਤੇ ਵਾਂਝਾ ਹੈ। ਉਦੋਂ ਫਿਰ ਉਹ ਬੰਦਾ ਉਹਦੀ ਹਰਕਤ ਜਿਹੜੀ ਹੈ ਉਹਨੂੰ ਸਾਬਤ ਕਰਦਾ ਹੈ ਕਿ ਇਹ ਬੰਦਾ ਪਾਰਖੂ ਤੇ ਛੱਡੋ, ਇਹਨੂੰ ਦਿਖਾਈ ਵੀ ਕੁਝ ਨਹੀਂ ਦਿੰਦਾ, ਇਹ ਹੈ ਹੀ ਅੰਨਾ। ਗੁਰੂ ਪਾਤਸ਼ਾਹ ਜੀ ਆਖਦੇ ਨੇ ਜਿਸ ਕਈ ਵਾਰ ਅਸੀਂ ਦਾਅਵਾ ਇਹ ਕਰਦੇ ਹਾਂ ਵੀ ਸਾਨੂੰ ਇਸ ਚੀਜ਼ ਦਾ ਗਿਆਨ ਹੈ ਕਿਸੇ ਵੀ ਚੀਜ਼ ਬਾਰੇ, ਜਦੋਂ ਅਸੀਂ ਦਾਅਵਾ ਕਰ ਦਿੱਤਾ ਤੇ ਦੂਸਰੇ ਦੇ ਮਨ ਉੱਤੇ ਪ੍ਰਭਾਵ ਪੈ ਗਿਆ ਵੀ ਜਿੱਡੀ ਵੱਡੀ ਗੱਲ ਕਹੀ ਇਹਨੂੰ ਕੁਝ ਪਤਾ ਹੀ ਹੋਏਗਾ, ਪਰ ਜਦੋਂ ਪ੍ਰੈਕਟੀਕਲ, ਜਦੋਂ ਸਾਡਾ ਵਿਹਾਰ ਸਾਬਤ ਕਰ ਦਿੰਦਾ ਵੀ ਨਹੀਂ ਇਹ ਬੰਦਾ ਤਾਂ ਦਾਅਵਾ ਐਡਾ ਐਡਾ ਕਰ ਰਿਹਾ ਸੀ ਪਰ ਇਹਨੂੰ ਤਾਂ ਇੱਕ ਨਿੱਕੀ ਜਿਹੀ ਗੱਲ ਦਾ ਵੀ ਨਹੀਂ ਇਸ ਵਿਸ਼ੇ ਬਾਰੇ ਪਤਾ, ਤਾਂ ਉਸ ਵੇਲੇ ਸਾਡੇ ਅੰਦਰ ਦੀ ਅਗਿਆਨਤਾ ਜਗਜ਼ਾਹਰ ਹੋ ਜਾਂਦੀ ਹੈ। ਉਸ ਵੇਲੇ ਕਿਸੇ ਨੂੰ ਕੂਖ ਕੇ ਨਹੀਂ ਕਹਿਣਾ ਪੈਂਦਾ ਵੀ ਇਹ ਮਨੁੱਖ ਅਗਿਆਨੀ ਹੈ, ਸਾਡਾ ਕਰਮ ਸਾਬਤ ਕਰ ਦਿੰਦਾ, ਸਾਡਾ ਵਿਹਾਰ ਸਾਬਤ ਕਰ ਦਿੰਦਾ। ਹੁਣ ਕਿਸੇ ਵੀ ਮਨੁੱਖ ਦੇ ਉੱਤੇ ਇਹ ਟੈਗ ਨਹੀਂ ਲੱਗਿਆ ਹੁੰਦਾ ਵੀ ਇਹ ਮਨੁੱਖ ਗਿਆਨੀ ਹੈ ਜਾਂ ਇਹ ਅਗਿਆਨੀ ਹੈ। ਕਈ ਵਾਰ ਬੰਦਾ ਵਿਖਾਵਾ ਗਿਆਨੀ ਹੋਣ ਦਾ ਕਰਦਾ ਪਰ ਅੰਦਰੋਂ ਅਗਿਆਨੀ ਹੁੰਦਾ, ਤੇ ਕਿਸੇ ਮਨੁੱਖ ਨੂੰ ਵੇਖ ਕੇ ਅੰਦਾਜ਼ਾ ਹੀ ਨਹੀਂ ਹੁੰਦਾ ਵੀ ਇਹਨੂੰ ਕੱਖ ਪਤਾ ਹੋਏਗਾ, ਪਰ ਉਹਦਾ ਕਰਮ ਸਾਬਤ ਕਰ ਦਿੰਦਾ ਵੀ ਨਹੀਂ ਬੰਦੇ 'ਚ ਕੋਈ ਕੁਆਲਿਟੀ ਹੈ, ਕੋਈ ਖੂਬੀ ਹੈ। ਸਾਹਿਬ ਗੁਰੂ ਨਾਨਕ ਮਹਾਰਾਜ ਨੇ ਨਾ ਦੋ ਤਰ੍ਹਾਂ ਦੇ ਕਿਰਦਾਰ ਦੀ ਗੱਲ ਆਪਣੇ ਸਲੋਕ ਵਿੱਚ ਕੀਤੀ। ਪਹਿਲੇ ਬਾਰੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾ ਹੋਵੇ ਉਤਰੇ ਨਾ ਹੀ ਮੈਲ। ਹੁਣ ਵੇਖੋ ਆਪਾਂ ਕਿੰਨੀ ਵਾਰ ਇਹ ਸਲੋਕ ਰੋਜ਼ ਪੜ੍ਹਦੇ ਹਾਂ, ਆਸਾ ਦੀ ਵਾਰ ਦੇ ਕੀਰਤਨ ਦੇ ਰੂਪ ਵਿੱਚ, ਪਾਠ ਦੇ ਰੂਪ ਵਿੱਚ। ਪਾਤਸ਼ਾਹ ਕਹਿੰਦੇ ਨੇ ਅੰਦਰੋਂ ਝੂਠੇ, ਅੰਦਰ ਝੂਠ ਹੈ, ਪੈਜ ਦਾ ਮਤਲਬ ਹੁੰਦਾ ਹੈ ਵਿਖਾਵਾ ਕਰਨਾ, ਬੰਦੇ ਨੇ ਵਿਖਾਵੇ ਨਾਲ ਆਪਣੇ ਅੰਦਰ ਨੂੰ ਢੱਕ ਲਿਆ, ਹੁਣ ਉਹਦੇ ਵਿਖਾਵੇ ਨੂੰ ਵੇਖ ਕੇ ਲੱਗਦਾ ਵੀ ਇਸ ਵਰਗਾ ਸੱਚਾ ਬੰਦਾ ਦੁਨੀਆਂ 'ਚ ਕੋਈ ਨਹੀਂ, ਇਹ ਬੜਾ ਸਿਆਣਾ ਹੈ, ਬੜਾ ਧਰਮੀ ਹੈ, ਬੜਾ ਦਾਨਾ ਹੈ, ਬੜਾ ਜੋ ਵੀ ਕੁਝ ਕਹਿ ਲਓ, ਜੋ ਵਿਖਾ ਰਿਹਾ ਉਹਦੇ ਤੋਂ ਜੋ ਸਾਨੂੰ ਨਜ਼ਰ ਆਉਂਦਾ,
ਜੋ ਸਾਨੂੰ ਭੁਲੇਖਾ ਪੈਂਦਾ। ਹੁਣ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲੋ, ਦੁਨੀਆਂ ਚ ਵੱਡਾ ਵਿਖਾਵਾ ਕਰਕੇ ਦੁਨੀਆਂ ਨੂੰ ਭੁਲੇਖੇ ਵਿੱਚ ਲਿਆਉਣ ਦਾ ਲਿਆਉਣ ਵਿੱਚ ਕਾਮਯਾਬ ਹੋ ਜਾਂਦਾ ਵੀ ਭਾਈ ਮੈਂ ਧਰਮੀ ਹਾਂ, ਮੈਂ ਨੇਕ ਹਾਂ। ਪਰ ਕਹਿੰਦੇ ਨੇ ਅੱਠ ਸੱਠ ਤੀਰਥ ਜੇ ਨਾ ਆਵੇ ਉਤਰੇ ਨਾ ਹੀ ਮੈਂ। ਉਹਦੇ ਅੰਦਰ ਝੂਠ ਸੀ, ਔਰ ਉਹ ਝੂਠਾ ਬੰਦਾ ਜੇ ਬਾਹਰ ਤੀਰਥਾਂ ਤੇ ਵੀ ਨਾਵੇ ਧਰਮ ਕਰ, ਉਹਦੇ ਅੰਦਰੋਂ ਮੈਲ ਨਹੀਂ ਜਾਂਦੀ। ਜਿਹੜੀ ਚੀਜ਼ ਖੋਟ ਉਹ ਆਪਣੇ ਅੰਦਰ ਰੱਖਦਾ ਦੂਜੇ ਦੇ ਪ੍ਰਤੀ, ਉਸਨੂੰ ਤੇ ਉਹ ਆਪਣੇ ਅੰਦਰੋਂ ਕੱਢਦਾ ਨਹੀਂ, ਉਸਨੂੰ ਤੇ ਆਪਣੇ ਅੰਦਰੋਂ ਮਿਟਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਜੋ ਮੈਨੂੰ ਕੋਈ ਚੰਗਾ ਮੰਨ ਰਿਹਾ, ਜਿਸ ਨੂੰ ਮੈਂ ਕੋਈ ਚੰਗਾ ਮੰਨ ਰਿਹਾ, ਅਸੀਂ ਤੇ ਕੇਵਲ ਬਾਹਰ ਦੀਆਂ ਦੋ ਚਾਰ ਗੱਲਾਂ ਕਰਕੇ ਹੀ ਇੱਕ ਦੂਜੇ ਨੂੰ ਚੰਗਾ ਮੰਨ ਰਿਹਾ ਨਾ। ਪਰ ਸਾਡੇ ਅੰਦਰ ਦੀ ਮੈਲ ਬਾਰੇ ਤਾਂ ਜਾਂ ਅਸੀਂ ਜਾਣੂ ਹਾਂ ਤੇ ਜਾਂ ਸਾਡਾ ਮਾਲਕ ਜਾਣਦਾ ਵੀ ਸਾਡੇ ਅੰਦਰ ਮੈਲ ਵੀ ਹੈ। ਉਹ ਮੈਲ ਉਦੋਂ ਪ੍ਰਗਟ ਹੁੰਦੀ, ਉਹਦਾ ਉਦੋਂ ਇਜ਼ਹਾਰ ਹੁੰਦਾ, ਉਹਦਾ ਉਦੋਂ ਪ੍ਰਗਟਾਵਾ ਹੁੰਦਾ ਜਦੋਂ ਸਾਡੇ ਵਿਹਾਰ ਵੱਲ ਕੋਈ ਨੀਝ ਲਾ ਕੇ ਤੱਕਦਾ ਵੀ ਇਹ ਬੰਦਾ ਦੂਜੇ ਨਾਲ ਵਿਹਾਰ ਕਿਹੋ ਜਿਹਾ ਕਰਦਾ, ਬਿਹੇਵੀਅਰ ਇਹਦਾ ਕੀ ਹੈ। ਵੀ ਜੇ ਇਸ ਮਨੁੱਖ ਦੇ ਮਨ ਅੰਦਰ ਦੂਜੇ ਦੇ ਪ੍ਰਤੀ ਚੰਗੀ ਭਾਵਨਾ ਹੀ ਨਹੀਂ, ਤਾਂ ਇਹਦਾ ਮਤਲਬ ਇਹ ਤਾਂ ਅੰਦਰੋਂ ਮੈਲ ਨਾਲ ਭਰਿਆ ਹੋਇਆ। ਇਹਨੂੰ ਮੈਲ ਕਹੇ ਗੁਰੂ ਸਾਹਿਬ ਨੇ, ਮਾੜੇ ਖਿਆਲਾਂ ਦਾ ਅੰਦਰ ਵਸਿਆ ਹੋਇਆ ਹੋਣਾ, ਮਾੜੀ ਚਿਤਵਨੀ ਦਾ ਅੰਦਰ ਹੋਣਾ, ਮਾੜੇ ਫੁਰਨਿਆਂ ਦਾ ਅੰਦਰ ਚੱਲਦੇ ਹੋਏ ਹੋਣਾ, ਇਹ ਅੰਦਰ ਦੀ ਮੈਲ ਹੈ। ਇਸ ਅੰਦਰ ਦੀ ਮੈਲ ਦੇ ਪ੍ਰਤੀ ਅਸੀਂ ਖੁਦ ਅਵੇਰ, ਅਸੀਂ ਅਵਗਤ ਹਾਂ ਵੀ ਸਾਡੇ ਅੰਦਰ ਕੀ ਹੈ, ਤੇ ਜਾਂ ਸਾਡਾ ਮਾਲਕ ਜਾਣਦਾ ਇਸ ਸਾਡੇ ਅੰਦਰ ਦੀ ਵਿਧ ਨੂੰ। ਕਿਸੇ ਮਨੁੱਖ ਨੂੰ ਤਾਂ ਅਸੀਂ ਇਵੇਂ ਜੱਜ ਥੋੜੀ ਕਰਦੇ ਹਾਂ। ਪਰ ਦੂਜੇ ਕਿਰਦਾਰ ਦੀ ਗੱਲ ਕਰਦੇ, ਉਹਨਾਂ ਕਿਹਾ ਜਿੰਨ ਪੱਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ। ਇੱਕ ਮਨੁੱਖ ਉਹ ਵੀ ਹੁੰਦਾ ਜਿਹਨੂੰ ਬਾਹਰੋਂ ਵੇਖਣ ਤੋਂ ਤਾਂ ਲੱਗਦਾ ਹੀ ਨਹੀਂ ਵੀ ਇਹ ਵੀ ਧਾਰਮਿਕ ਹੋਏਗਾ, ਇਹ ਵੀ, ਕਿਉਂਕਿ ਉਹ ਵਿਖਾਵਾ ਨਹੀਂ ਕਰ ਰਿਹਾ। ਉਹਨੇ ਆਪਣਾ ਵਕਤ ਜਿਹੜਾ ਲੋਕਾਂ ਨੂੰ ਰਿਝਾਉਣ ਦੇ ਉੱਤੇ ਲਾਇਆ ਹੀ ਨਹੀਂ ਵੀ ਲੋਕ ਮੈਨੂੰ ਧਰਮੀ ਮੰਨਣ ਨਾ ਮੰਨਣ ਕੀ ਫਰਕ ਪੈਂਦਾ। ਉਹਨੇ ਆਪਣੇ ਆਪ ਨੂੰ ਧਰਮੀ ਬਣਾਉਣ ਦੇ ਉੱਤੇ ਵਕਤ ਲਾਇਆ। ਉਹਨੇ ਆਪਣੀ ਸੁਰਤ ਨੂੰ, ਆਪਣੇ ਮਨ ਨੂੰ, ਆਪਣੇ ਕਿਰਦਾਰ ਨੂੰ, ਆਪਣੇ ਜੀਵਨ ਵਿਹਾਰ ਨੂੰ, ਬਿਹੇਵੀਅਰ ਨੂੰ ਸਵਾਰਿਆ। ਉਹਨੇ ਵਿਖਾਵਾ ਨਹੀਂ ਕੀਤਾ, ਔਰ ਉਹਦੇ ਵੱਲ ਵੇਖ ਕੇ ਕਿਸੇ ਨੇ ਜੱਜ ਹੀ ਨਹੀਂ ਕੀਤਾ ਵੀ ਇਹ ਵੀ ਬੰਦਾ ਧਰਮੀ ਹੋਵੇ। ਪਰ ਜਦੋਂ ਕਰਮ ਕਰਦਾ ਤੇ ਉਹਦਾ ਕਰਮ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਤੇ ਸਾਨੂੰ ਲੱਗਦਾ ਨਹੀਂ ਬੰਦਾ ਰੱਬ ਦੇ ਨੇੜੇ ਹੈ, ਧਰਮੀ ਹੈ, ਅੰਦਰੋਂ ਸੱਚਾ ਸੁੱਚਾ ਹੈ। ਹੁਣ ਉਹਦੇ ਕਰਮ ਨੇ ਉਹਨੂੰ ਸਾਬਤ ਕੀਤਾ, ਉਹਨੂੰ ਦੁਨੀਆਂ ਦੇ ਵਿੱਚ ਕੋਈ ਟੈਗ ਲਾ ਕੇ ਨਹੀਂ ਘੁੰਮਣਾ ਪਿਆ, ਉਹਨੂੰ ਕੋਈ ਰੌਲਾ ਪਾ ਕੇ ਨਹੀਂ ਦੱਸਣਾ ਪਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਐਸਾ ਮਨੁੱਖ ਹੀ ਉੱਤਮ ਗੁਣਾਂ ਦਾ ਧਾਰਨੀ ਹੈ, ਉਹੀ ਖਰਾ ਹੈ ਅੰਦਰੋਂ। ਪਰ ਵੈਸੇ ਵੀ ਢੱਕਣ ਦੀ ਲੋੜ ਤਾਂ ਖੋਟ ਨੂੰ ਹੀ ਪੈਂਦੀ ਹੈ, ਜ਼ਖਮ ਨੂੰ ਹੀ ਪੈਂਦੀ ਹੈ। ਜਿੱਥੇ ਢੱਕਣ ਦੀ ਸਥਿਤੀ ਆ ਜਾਏ ਤਾਂ ਮਤਲਬ ਕੁਝ ਗਲਤ ਹੈ ਜਿਹਨੂੰ ਢੱਕਣਾ ਪੈ ਰਿਹਾ। ਤੇ ਇਹ ਇੱਕ ਐਸੀ ਮਨੋਦਸ਼ਾ ਹੈ ਕਿ ਜਿਹਦੇ ਉੱਤੇ ਬੰਦਾ ਸਭ ਤੋਂ ਵੱਧ ਜ਼ੋਰ ਲਾਉਂਦਾ ਆਪਣੇ ਜੀਵਨ ਚ, ਸਭ ਤੋਂ ਵੱਧ ਇਸ ਚੀਜ਼ ਤੇ ਆਪਣੀ ਐਨਰਜੀ, ਆਪਣਾ ਸਮਾਂ, ਆਪਣਾ ਵਕਤ ਦੁਨੀਆਂ ਨੂੰ ਰਿਝਾਉਣ ਦੀ ਖਾਤਰ ਵਿਅਰਥ ਗਵਾਉਂਦਾ। ਪਰ ਹੁਣ ਗੰਦਗੀ ਦੇ ਢੇਰ ਦੇ ਉੱਤੇ ਜੇ ਰੇਸ਼ਮ ਦੀ ਚਾਦਰ ਪਾ ਦਿੱਤੀ ਜਾਏ ਤੇ ਅੱਖਾਂ ਤੋਲੇ ਤੇ ਹੋ ਸਕਦੀ ਹੈ, ਪਰ ਉਸ ਗੰਦਗੀ ਨੂੰ ਚੰਗਿਆਈ ਵਿੱਚ ਬਦਲਿਆ ਨਹੀਂ ਜਾ ਸਕਦਾ। ਜੇ ਗੰਦਗੀ ਦੇ ਢੇਰ ਤੇ ਆਪਾਂ ਰੇਸ਼ਮ ਦਾ ਕੱਪੜਾ ਪਾ ਦਈਏ ਤੇ ਕੀ ਉਹ ਗੰਦਗੀ ਚੰਗੀ ਬਣ ਜਾਂਦੀ ਹੈ? ਨਹੀਂ, ਰਹਿਣਾ ਤੇ ਹੁਣ ਗੰਦਗੀ ਹੈ, ਬਸ ਉਹ ਅੱਖਾਂ ਤੋਂ ਓਹਲੇ ਹੋ ਗਈ, ਥੋੜਾ ਜਿਹਾ ਉਹਨੂੰ ਢੱਕਣ ਦਾ ਤਰੀਕਾ ਵੱਖਰਾ ਸੀ, ਉਹਦੇ ਤੇ ਰੇਸ਼ਮ ਦੀ ਚਾਦਰ ਪਾ ਕੇ ਇੱਕ ਭੁਲੇਖਾ ਪਾ ਦਿੱਤਾ ਗਿਆ ਵੀ ਨਹੀਂ, ਏਡੀ ਮਹਿੰਗੀ ਚਾਦਰ ਦੇ ਥੱਲੇ ਗੰਦਗੀ ਕਿਵੇਂ ਹੋ ਸਕਦੀ ਹੈ? ਵੇਖਣ ਵਾਲਾ ਆਕੇਗਾ ਕੋਈ ਗੰਦ ਵੀ ਰੇਸ਼ਮ ਦੀ ਚਾਦਰ ਨਾਲ ਢੱਕਦਾ, ਕੋਈ ਕੂੜਾ ਵੀ ਰੇਸ਼ਮ ਦੀ ਚਾਦਰ ਨਾਲ ਢੱਕਦਾ? ਨਹੀਂ, ਜ਼ਰੂਰ ਜੇ ਉੱਤੇ ਚਾਦਰ ਰੇਸ਼ਮ ਦੀ ਹੈ ਤੇ ਜ਼ਰੂਰ ਥੱਲੇ ਕੋਈ ਚੰਗਿਆਈ ਹੋਏਗੀ। ਬਸ ਉਹ ਇਹਨਾਂ ਕੁ ਦੇਖਣ ਵਾਲੇ ਨੂੰ ਭੁਲੇਖੇ ਵਿੱਚ ਰੱਖਣ ਵਿੱਚ ਬੰਦਾ ਕਾਮਯਾਬ ਜ਼ਰੂਰ ਹੋ ਜਾਂਦਾ। ਫੈਲ ਤੇ ਪੈਜ ਦੋ ਸ਼ਬਦ ਵਰਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ, ਪੈਜ ਤੇ ਫੈਲ ਇਹ ਦੱਸਣ ਵਿੱਚ ਕਾਮਯਾਬ ਜ਼ਰੂਰ, ਦੁਨੀਆਂ ਨੂੰ ਧੋਖਾ ਦੇਣ ਚ ਕਾਮਯਾਬ ਜ਼ਰੂਰ ਹੋ ਜਾਂਦੇ, ਪਰ ਧੋਖੇ ਚ ਵੀ ਉਹਨੇ ਹੀ ਆਉਣਾ ਹੈ ਜਿਸ ਨੂੰ
ਜਿਸ ਨੂੰ ਆਪ ਅੰਦਰੋਂ ਕੋਈ ਸੋਝੀ ਨਹੀਂ, ਸੋਝੀ ਵਾਲੇ ਨੂੰ ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਏ, ਉਹਨੇ ਛਲਾਵੇ ਚ ਆਉਣਾ ਹੀ ਨਹੀਂ। ਜੇ ਇਸ ਤਰ੍ਹਾਂ ਕੇਵਲ ਇਹਨਾਂ ਚੀਜ਼ਾਂ ਦੇ ਨਾਲ ਹੀ ਸਾਰਾ ਕੁਝ ਵੇਖਿਆ ਪਰਖਿਆ ਜਾਂਦਾ ਹੁੰਦਾ ਤੇ ਗੁਰੂ ਸਾਹਿਬ ਵੈਸੇ ਬਚਨ ਬਾਣੀ ਦੇ ਵਿੱਚ ਕਿਉਂ ਕਹਿੰਦੇ? ਭੇਖਾਂ ਵਾਲਿਆਂ ਨੂੰ ਵੱਖ ਵੱਖ ਭੇਖ ਧਾਰਨ, ਕਿੰਨੇ ਕਿੰਨੇ ਯਤਨ ਦੁਨੀਆਂ ਕਰ ਰਹੀ ਸੀ, ਕੋਈ ਤੀਰਥਾਂ ਤੇ ਨਹਾ ਰਿਹਾ ਹੈ, ਕੋਈ ਦਾਨ ਪੁੰਨ ਕਰ ਰਿਹਾ ਹੈ, ਕੋਈ ਬਾਹਰੋਂ ਸਰੀਰ ਦੇ ਉੱਤੇ ਕਿੰਨੇ ਕਿੰਨੇ ਵਿਖਾਵੇ ਕਰਕੇ, ਪਹਿਰਾਵੇ ਸਾਧ ਕੇ, ਵਿਖਾਵੇ ਦੇ ਕਰਮ ਕਰਕੇ ਕਿੰਨੀ ਦੁਨੀਆਂ ਆਪਣੇ ਆਪ ਨੂੰ ਰੱਬ ਵਾਲੀ ਅਖਵਾ ਰਹੀ ਹੈ। ਪਰ ਯਥਾਰਥ ਵਿੱਚ, ਸੱਚਾਈ ਵਿੱਚ ਉਹਨਾਂ ਦੇ ਜੀਵਨ ਦੇ ਅੰਦਰ ਜਾਂ ਸਾਡੇ ਜੀਵਨ ਦੇ ਅੰਦਰ ਰੱਬ ਦਾ ਅਹਿਸਾਸ ਕਿੰਨਾ ਕੁ ਹੈ, ਧਰਮ ਦਾ ਅੰਸ਼ ਕਿੰਨਾ ਕੁ ਹੈ, ਅੰਦਰ ਦੀ ਸੁਚਮਤਾਈ, ਮਨ ਦੀ ਪਵਿੱਤਰਤਾ, ਖਿਆਲਾਂ ਦੀ ਚੰਗੀ ਬਣਤਰ ਤੇ ਉਹਦੇ ਵਿੱਚੋਂ ਨਿਕਲਦਾ ਚੰਗਾ ਵਿਹਾਰ ਕਿੰਨਾ ਕੁ ਹੈ। ਜਿੰਨਾ ਬੰਦੇ ਨੇ ਬਾਹਰੋਂ ਬਣਤਰ ਬਣਾਈ, ਉਹਦੇ ਪਾਸਪੂ ਵੀ ਹੈ ਬੰਦੇ ਦਾ ਵਿਹਾਰ, ਨੇੜੇ ਤੇੜੇ ਵੀ ਨਹੀਂ ਹੁੰਦਾ ਕਈ ਵਾਰ। ਇਸ ਨੂੰ ਮਹਾਰਾਜ ਨੇ ਕਿਹਾ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰ੍ਹਾਂ ਅਥਾ। ਵੀ ਅੰਦਰ ਬਾਹਰੋਂ ਬੰਦੇ ਨੇ ਸਵਾਹ ਮਲੀ, ਦੁਨੀਆਂ ਨੇ ਆਖਿਆ ਬੜਾ ਤਪੱਸਵੀ ਹੈ। ਹੁਣ ਇਹ ਮਤ ਸੋਚੀਏ ਵੀ ਗੁਰੂ ਅਰਜਨ ਸਾਹਿਬ ਨੇ ਇੱਕ ਸਵਾਹ ਮਲਣ ਵਾਲੇ ਨੂੰ ਹੀ ਕਿਹਾ, ਕਿਹੜਾ ਸਾਡੇ ਉੱਤੇ ਕਹਿ ਰਿਹਾ? ਗੱਲ ਭੇਖ ਦੀ ਗੁਰੂ ਸਾਹਿਬ ਕਰ ਰਹੇ, ਬਾਹਰ ਵਿਖਾਵੇ ਦੀ ਕਰ ਰਹੇ। ਮੈਂ ਸਵਾਹ ਨਹੀਂ ਮਲਦਾ, ਇਹਦਾ ਮਤਲਬ ਇਹ ਨਹੀਂ ਵੀ ਮੈਂ ਵਿਖਾਵੇਬਾਜ਼ ਨਹੀਂ। ਜਿਹੜੇ ਸਵਾਹ ਨਹੀਂ ਮਲਦੇ, ਇਹਦਾ ਮਤਲਬ ਇਹ ਨਹੀਂ ਵੀ ਇਹ ਪੰਕਤੀ ਉਹਨਾਂ ਵਾਸਤੇ ਨਹੀਂ। ਅਸੀਂ ਕਿਸੇ ਹੋਰ ਤਰੀਕੇ ਨਾਲ ਦੁਨੀਆਂ ਨੂੰ ਛਲਣ ਦੀ ਕੋਸ਼ਿਸ਼ ਕਰਦੇ ਹੋਵਾਂਗੇ, ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਦੁਨੀਆਂ ਨੂੰ ਇਹ ਭੁਲੇਖਾ ਪਾਉਣ ਵਿੱਚ ਕਾਮਯਾਬ ਰਹੇ ਹੋਵਾਂਗੇ ਜਾਂ ਕੋਸ਼ਿਸ਼ ਵਿੱਚ ਲੱਗੇ ਹੋਵਾਂਗੇ ਵੀ ਲੋਕ ਸਾਡੇ ਵਿਹਾਰ ਨੂੰ ਨਾ ਵੇਖਣ, ਸਾਨੂੰ ਬਾਹਰੋਂ ਹੀ ਵੇਖ ਕੇ ਮੰਨ ਲੈਣ ਵੀ ਅਸੀਂ ਨੇਕ ਹਾਂ ਤੇ ਚੰਗੇ ਹਾਂ। ਹੋ ਸਕਦਾ ਅਸੀਂ ਸਵਾਹ ਨਾ ਮਲਦੇ ਹੋਈਏ ਪਰ ਤਰੀਕਾ ਸਾਡਾ ਕੋਈ ਹੋਰ ਹੋਵੇ, ਪਰ ਗੱਲ ਤੇ ਬਿਰਤੀ ਦੀ ਹੈ ਨਾ, ਗੱਲ ਤੇ ਅੰਦਰ ਦੀ ਬਿਰਤੀ ਦੀ ਗੁਰੂ ਸਾਹਿਬ ਜੀ ਬਿਆਨ ਕਰ ਰਹੇ ਨੇ ਵੀ ਅੰਦਰੋਂ ਬਿਰਤੀ ਕੀ ਹੈ, ਅੰਦਰੋਂ ਸੁਰਤ ਕਿਹੋ ਜਿਹੀ ਹੈ, ਅੰਦਰੋਂ ਮਨ ਦੀ ਬਣਤਰ ਕਿਹੋ ਜਿਹੀ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਬਿਆਨ ਕੀਤਾ, ਕਹਿਣ ਲੱਗੇ ਐਸਾ ਮਨੁੱਖ ਆਪਣਾ ਆਪ ਲਿਖਾ ਦਿੰਦਾ ਹੈ, ਜਣਾ ਦਿੰਦਾ ਹੈ ਆਪਣੇ ਵਿਹਾਰ ਸਦਕਾ ਵੀ ਉਹ ਕੀ ਹੈ। ਫਿਰ ਉਹਦਾ ਵਿਹਾਰ ਕੂਕ ਕੂਕ ਕੇ ਦੱਸਦਾ ਵੀ ਇਹ ਮਨੁੱਖ ਖਰਾ ਹੈ ਕਿ ਖੋਟਾ ਹੈ। ਸਾਡਾ ਗਵਾਹ, ਸਾਡਾ ਵਿਹਾਰ ਸਭ ਤੋਂ ਵੱਧ ਹੁੰਦਾ, ਬਾਕੀ ਸਾਰੇ ਗਵਾਹ ਝੂਠੇ ਹੋ ਜਾਂਦੇ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦਾ ਸ਼ਬਦ ਹੈ ਸੂਈ ਰਾਗ ਵਿੱਚ, ਉਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਕਹਿ ਦਾ ਜਿਹੜਾ ਭਾਂਡ ਹੈ ਨਾ, ਕਹਿ ਇੱਕ ਧਾਤ ਹੈ, ਕਹਿ ਦੇ ਭਾਂਡੇ ਦਾ ਇੱਕ ਦੋਸ਼ ਹੈ, ਉਹਨੂੰ ਸਵਾਣੀਆਂ ਮਾਂਜਦੀਆਂ, ਧੋਦੀਆਂ ਤੇ ਲਿਸ਼ਕਾ ਕੇ ਪੂਰਾ ਐਨ ਰੱਖ ਦਿੰਦੀਆਂ। ਹੁਣ ਉਹ ਮਾਂਜੇ ਹੋਏ ਲਿਸ਼ਕਾਏ ਹੋਏ ਭਾਂਡੇ ਨੂੰ ਵੀ ਤੁਸੀਂ ਮਾੜਾ ਜਿਹਾ ਐਵੇਂ ਰਗੜੋ ਨਾ ਹੱਥ ਦੇ ਨਾਲ ਹੀ, ਉੱਥੋਂ ਹੀ ਕਾਲਾ ਹੋ ਜਾਂਦਾ। ਉਹਨੂੰ ਫਿਰ ਧੋ ਲਓ ਵੀ ਕਾਲਾ ਹੋ ਗਿਆ, ਸ਼ਾਇਦ ਚੰਗੀ ਤਰ੍ਹਾਂ ਮਾਂਜਿਆ ਨਹੀਂ ਗਿਆ ਹੋਏਗਾ। ਉਹਨੂੰ ਜਿੰਨੀ ਵਾਰ ਧੋ ਕੇ ਤੁਸੀਂ ਭਾਵੇਂ ਸੈਂਕੜੇ ਵਾਰ ਧੋਵੋ ਇੱਕ ਦਿਨ ਵਿੱਚ, ਤੇ ਫਿਰ ਉਹਨੂੰ ਜਿੰਨੀ ਵਾਰ ਰਗੜੋਗੇ ਉਨੀ ਵਾਰ ਉਹਨੇ ਉੱਥੋਂ ਹੀ ਕਾਲੇ ਹੋ ਜਾਣਾ। ਕਿਉਂ? ਉਹ ਕਾਲਖ ਬਾਹਰੋਂ ਨਹੀਂ ਲੱਗੀ ਹੋਈ ਉਹਨੂੰ, ਜੇ ਬਾਹਰੋਂ ਲੱਗੀ ਹੁੰਦੀ ਤੇ ਧੋਤਿਆਂ ਦੁਬਾਰਾ ਲੱਗਣੀ ਨਹੀਂ ਸੀ ਚਾਹੀਦੀ, ਉੱਭਰਨੀ ਨਹੀਂ ਸੀ ਚਾਹੀਦੀ। ਉਹ ਦਰਅਸਲ ਉਸ ਧਾਤ ਵਿੱਚ ਹੀ ਦੋਸ਼ ਹੈ ਵੀ ਜਦੋਂ ਰਗੜ ਖਾਂਦੀ ਹੈ ਤੇ ਉੱਥੋਂ ਹੀ ਕਾਲੀ ਹੋ ਜਾਂਦੀ। ਮਹਾਰਾਜ ਕਹਿੰਦੇ ਹੁਣ ਕਾਲਖ ਉਹਦੇ ਅੰਦਰ ਹੈ, ਉਸ ਧਾਤ ਦੇ ਸੁਭਾਅ ਚ ਹੈ, ਉਹ ਬਾਹਰੋਂ ਨਹੀਂ ਲੱਗੀ ਹੋਈ। ਬਾਹਰੋਂ ਲੱਗੀ ਹੁੰਦੀ ਤੇ ਦੋ ਵਾਰ ਧੋਤੇ, ਚਾਰ ਵਾਰ ਧੋਤੇ, ਅਖੀਰ ਤਾਂ ਸਾਫ਼ ਹੋਣੀ ਚਾਹੀਦੀ ਸੀ ਨਾ। ਪਰ ਉਸ ਧਾਤ ਦੇ ਅੰਦਰੋਂ ਹੀ ਉਹ ਕਾਲਖ ਪ੍ਰਗਟ ਹੁੰਦੀ, ਇਹਦਾ ਮਤਲਬ ਉਹ ਕਹਿ ਵੀ ਧਾਤ ਦੇ ਸੁਭਾਅ ਚ ਹੀ ਕਾਲਖ ਹੈ ਤੇ ਜਦੋਂ ਰਗੜ ਖਾਂਦੀ ਹੈ ਨਿਕਲਦੀ ਵੀ ਉਦੋਂ ਹੀ ਹੈ। ਵੈਸੇ ਨਹੀਂ, ਵੈਸੇ ਉਹਨੂੰ ਤੁਸੀਂ ਲਿਸ਼ਕਾ ਕੇ ਭਾਂਡੇ ਨੂੰ ਰੱਖਿਆ ਤਾਂ ਲਿਸ਼ਕਦਾ ਹੀ ਰਹੇਗਾ। ਕਿੱਡੀ ਬਾ ਕਮਾਲ ਉਦਾਹਰਣ ਗੁਰੂ ਨਾਨਕ ਮਹਾਰਾਜ ਨੇ ਦਿੱਤੀ। ਕਹਿੰਦੇ ਜੇ ਅੰਦਰ ਬੰਦੇ ਦੇ ਗੰਦਗੀ ਹੈ, ਵਿਚਾਰਾਂ ਵਿੱਚ ਗੰਦਗੀ ਹੈ, ਵਿਚਾਰ ਮੈਲੇ ਹਨ ਤੇ ਵੈਸੇ ਪਤਾ ਨਹੀਂ ਲੱਗੇਗਾ ਤੁਹਾਨੂੰ,
ਪਰ ਜਦੋਂ ਉਹ ਬੰਦਾ ਰਗੜ ਖਾਏਗਾ ਵਕਤ ਨਾਲ, ਹੰਡੇਗਾ ਜਦੋਂ, ਜਦੋਂ ਉਹ ਜੀ ਸਿਚੁਏਸ਼ਨ ਬਣ ਜਾਏਗੀ ਵੀ ਉਹਦੇ ਅੰਦਰ ਦੀ ਮੈਲ ਲੁਕੀ ਨਹੀਂ ਰਹਿ ਸਕਦੀ, ਉਹਨੇ ਹੁਬ ਹੁਬ ਕੇ ਬਾਹਰ ਨੂੰ ਆਉਣਾ, ਉਹਨੇ ਆਪਣੇ ਆਪ ਹੀ ਪ੍ਰਗਟ ਹੋ ਜਾਣਾ। ਕਿਉਂਕਿ ਬਾਹਰ ਜਦੋਂ ਮਾਹੌਲ ਬਣ ਜਾਂਦਾ ਨਾ, ਸਿਚੁਏਸ਼ਨ ਬਣ ਜਾਂਦੀ ਹੈ, ਤਾਂ ਅੰਦਰ ਦਾ ਉਹ ਪੱਖ ਜਿਹੜਾ ਉਸ ਸਿਚੁਏਸ਼ਨ ਨਾਲ ਮੇਲ ਖਾ ਜਾਂਦਾ ਹੈ, ਬਾਹਰ ਦੇ ਇਨਵਾਇਰਮੈਂਟ ਨਾਲ, ਹਾਲਾਤ ਨਾਲ, ਉਹ ਫਿਰ ਆਪਣੇ ਆਪ ਹੀ ਸਾਡੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਮੈਂ ਇੱਕ ਦਿਨ ਪਹਿਲਾਂ ਬੇਨਤੀ ਕੀਤੀ ਸੀ ਵੀ ਸਾਡੇ ਅੰਦਰ ਦੋਵੇਂ ਹੀ ਸੰਭਾਵਨਾਵਾਂ, ਜ਼ਹਿਰ ਵੀ ਮੌਜੂਦ ਹੈ ਸਾਡੇ ਅੰਦਰ, ਅੰਮ੍ਰਿਤ ਵੀ ਮੌਜੂਦ ਹੈ। ਉਹੋ ਹੀ ਬੰਦਾ ਜਦੋਂ ਧਰਮ ਸਥਾਨ ਤੇ ਹੁੰਦਾ ਤੇ ਉਹਦੇ ਵਰਗਾ ਧਾਰਮਿਕ ਕੋਈ ਨਹੀਂ ਹੁੰਦਾ, ਤੇ ਜਦੋਂ ਧਰਮ ਸਥਾਨ ਤੋਂ ਬਾਹਰ ਵਿਗੜੇ ਹੋਏ ਬੰਦਿਆਂ ਦੇ ਕੋਲ ਜਾਂਦਾ ਤੇ ਉਹਦੇ ਵਰਗਾ ਵਿਗੜਿਆ ਵੀ ਕੋਈ ਨਹੀਂ ਹੁੰਦਾ। ਇੱਕੇ ਸਮੇਂ ਉਹ ਦੋ ਤਰ੍ਹਾਂ ਦਾ ਕਿਰਦਾਰ ਕਿਵੇਂ ਜੀ ਲੈਂਦਾ ਬੰਦਾ, ਇਹ ਸਾਡੇ ਨਾਲ ਰੋਜ਼ ਵਾਪਰਦੀ ਹੈ, ਆਪਣੇ ਨਾਲ ਵਾਪਰਦੀ ਹੈ। ਹੁਣ ਇੱਥੇ ਮੇਰੇ ਵਰਗਾ ਇਨਸਾਨ ਮਿੱਠਾ ਬੋਲਣ ਦੀਆਂ 20 ਗੱਲਾਂ ਕਰੇ, ਜਦੋਂ ਬਾਹਰ ਕਿਸੇ ਨੇ ਗਾਲ ਕੱਢੀ ਮੈਂ ਕੋਈ 4 ਕੱਢਾਂਗਾ। ਹੁਣ ਅਚਾਨਕ ਬੰਦਾ ਇਹ ਕਿਵੇਂ ਬਦਲ ਸਕਦਾ? ਅਸੀਂ ਕਹਿੰਦੇ ਇਹ ਬੰਦਾ ਨਹੀਂ, ਉਹਦੇ ਅੰਦਰ ਦੋਵੇਂ ਗੱਲਾਂ ਹੀ ਮੌਜੂਦ ਨੇ, ਉਹਦੇ ਅੰਦਰ ਥਾਂ ਸਿਰ ਜ਼ਹਿਰ ਵੀ ਟਿਕਿਆ ਹੋਇਆ ਤੇ ਅੰਮ੍ਰਿਤ ਵੀ ਟਿਕ। ਜਿਹੋ ਜਿਹੀ ਬਾਹਰ ਸਿਚੁਏਸ਼ਨ ਬਣ ਜਾਂਦੀ ਹੈ ਨਾ, ਉਹੋ ਜਿਹਾ ਉਹਦਾ ਅੰਦਰ ਦਾ ਸੁਭਾਅ ਪ੍ਰਗਟ ਹੋ ਜਾਂਦਾ। ਉਹਨੇ ਦੋਵੇਂ ਚੀਜ਼ਾਂ ਪਾਲ ਕੇ ਰੱਖੀਆਂ ਹੋਈਆਂ ਨੇ ਅੰਦਰ, ਉਹ ਬੁਰਾ ਵੀ ਹੈ ਉਹ ਭਲਾ ਵੀ ਹੈ। ਬਾਹਰ ਮਾਹੌਲ ਭਲਾ ਹੈ ਤਾਂ ਉੱਥੇ ਉਹ ਭਲਿਆਈ ਵਾਲਾ ਵਿਹਾਰ ਕਰਦਾ, ਉਹਦੇ ਅੰਦਰ ਦੇ ਉਹ ਗੁਣ ਉੱਠ ਖਲਾਉਂਦੇ, ਅਹਿਸਾਸ ਜਾਗ ਪੈਂਦੇ ਨੇ। ਪਰ ਜਿੱਥੇ ਮਾਹੌਲ ਉਹਨੂੰ ਬੁਰਾ ਮਿਲ ਜਾਏ, ਉੱਥੇ ਜਾ ਕੇ ਉਹਨਾਂ ਦੇ ਵਿੱਚ ਉਹੋ ਜਿਹੀ ਰੰਗਤ ਵਾਲਾ ਹੀ ਬਣ ਜਾਂਦਾ ਹੈ। ਪਰ ਧਰਮ ਦਾ ਇਹਦੇ ਵਿੱਚ ਕੀ ਰੋਲ? ਧਰਮ ਜਿਹੜਾ ਹੈ, ਗੁਰੂ ਦਾ ਸ਼ਬਦ ਜਿਹੜਾ, ਉਹ ਸਾਡੇ ਅੰਦਰ ਦੀ ਉਸ ਮਾੜੀ ਸੰਭਾਵਨਾ ਨੂੰ ਡਾਊਨ ਕਰਦਾ ਹੈ, ਸਾਡੇ ਅੰਦਰ ਦੇ ਚੰਗੇ ਗੁਣ ਉਭਾਰਦਾ ਹੈ। ਉਹ ਹਰ ਜਗ੍ਹਾ ਤੇ ਅਸੀਂ ਚੰਗੇ ਕਿਵੇਂ ਬਣੇ ਰਹਿ ਸਕਦੇ, ਇਸ ਚੀਜ਼ ਤੇ ਪ੍ਰੋਸੈਸ ਕਰਦਾ ਹੈ। ਗੁਰਮਤ ਮੰਨਦੀ ਹੈ, ਧਰਮ ਮੰਨਦਾ ਹੈ ਵੀ ਉਹ ਜਿਹੜੇ ਅੰਦਰ ਸਾਡੇ ਬਾਰ ਬਾਰ ਭੈੜੇ ਅਹਿਸਾਸ ਔਗਣ ਸਿਰ ਚੁੱਕਦੇ ਨੇ ਨਾ, ਇਹ ਰੋਗ ਹੈ। ਇਸ ਰੋਗ ਤੇ ਕਾਬੂ ਪਾਉਣ ਦੀ ਪ੍ਰੈਕਟਿਸ ਕਰਨੀ ਹੈ, ਅਭਿਆਸ ਕਰਨਾ ਹੈ ਕਿ ਤੁਸੀਂ ਹਰ ਜਗ੍ਹਾ ਹੀ ਭਲੇ ਹੋਵੋ। ਸਿਚੁਏਸ਼ਨ ਮੁਤਾਬਕ ਤੁਸੀਂ ਧਰਮੀ ਨਾ ਬਣੋ, ਬਲਕਿ ਤੁਸੀਂ ਬਣੋ ਹੀ ਧਰਮੀ, ਤੁਸੀਂ ਹੋਵੋ ਹੀ ਭਲੇ। ਵੀ ਮੈਂ ਇਸ ਕਰਕੇ ਇਮਾਨਦਾਰ ਹਾਂ ਵੀ ਮੈਨੂੰ ਚੋਰੀ ਕਰਨ ਦਾ ਮੌਕਾ ਹੀ ਨਹੀਂ ਬਣ ਰਿਹਾ, ਜਦੋਂ ਬਣਿਆ ਮੈਂ ਛੱਡਾਂਗਾ ਨਹੀਂ, ਕਿਉਂਕਿ ਅੰਦਰ ਚੋਰ ਬੈਠਾ, ਭੀਤਰ ਚੋਰ ਬਹਾ ਲਿਆ। ਇਸੇ ਨੂੰ ਮਹਾਰਾਜ ਨੇ ਕਿਹਾ ਨਾ ਬਾਣੀ ਦੇ ਅੰਦਰ, ਮਨ ਖੋਟੇ ਤਨ ਚੋਰ, ਮਨ ਚ ਜੇ ਖੋਟ ਹੈ ਤੇ ਤਨ ਗੁਨਾਹ ਕਰੇਗਾ ਹੀ ਕਰੇਗਾ। ਪਰ ਜਦੋਂ ਇਹ ਕਹਿੰਦੇ ਨੇ ਸਾਧ ਭਲੇ ਆ ਨਹਾਤਿਆਂ, ਵੀ ਸਾਧ ਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ, ਜੇ ਸਾਧ ਕਿਸੇ ਤੀਰਥ ਤੇ ਨਹੀਂ ਗਿਆ ਅੰਦਰੋਂ ਭਲਾ ਬੰਦਾ ਤੇ ਉਹ ਤਾਂ ਵੀ ਭਲਾ ਹੀ ਹੈ, ਉਹਨੂੰ ਕਿਸੇ ਤੀਰਥ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹ ਤੀਰਥਾਂ ਤੇ ਜਾਏ ਬਗੈਰ, ਦੁਨੀਆਂ ਦੇ ਪੁਜਾਰੀਆਂ ਕੋਲੋਂ ਸਰਟੀਫਿਕੇਟ ਲਏ ਬਗੈਰ ਵੀ ਉਹ ਧਾਰਮਿਕ ਹੈ, ਉਹਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ। ਉਹਦਾ ਕਰਮ ਹੀ ਉਹਦਾ ਪ੍ਰਮਾਣ ਪੱਤਰ ਹੈ, ਉਹਦਾ ਕਰਮ ਹੀ ਉਹਦਾ ਪ੍ਰਮਾਣ ਹੈ, ਉਹਦਾ ਕਰਮ ਹੀ ਉਹਦਾ ਗਵਾਹ ਹੈ। ਸਤਿਗੁਰੂ ਪਾਤਸ਼ਾਹ ਨੇ, ਹੁਣ ਵੇਖੋ ਨਾ, ਮਜ਼ਹਬੀ ਆਗੂ ਤਾਂ ਕੇਵਲ ਉਹਨਾਂ ਨੂੰ ਪ੍ਰਮਾਣ ਪੱਤਰ ਵੰਡੇਗਾ ਜਿਹੜਾ ਉਹਨੂੰ ਜਜੇਗਾ, ਉਹਦੀ ਜਜਮੈਂਟ ਹੈ ਉਹ, ਤੇ ਜਿਹੋ ਜਿਹਾ ਉਹ ਆਪ ਹੋਏਗਾ ਉਹੋ ਜਿਹਾ ਨੂੰ ਪ੍ਰਮਾਣ ਪੱਤਰ ਵੰਡਦਾ ਰਹੇਗਾ। ਅਸੀਂ ਵੀ ਵੰਡੇ, ਗੁਰੂ ਪਾਤਸ਼ਾਹ ਦੀ ਸਿੱਖੀ ਦੇ ਅਸੂਲ ਨੂੰ ਪਾਸੇ ਛੱਡ ਕੇ ਅਸੀਂ ਬਹੁਤਿਆਂ ਨੂੰ ਵੰਡੇ ਨੇ, ਕਮਾਲ ਦੀ ਖੇਡ ਹੈ ਨਾ। ਅਸੀਂ ਤਾਂ ਰਤਨਾਂ ਤੱਕ ਦੇ ਵੰਡੇ ਵੀ, ਕੌਣ ਪੰਥ ਰਤਨ ਹੈ, ਕੌਣ ਗੁਰਮੁਖ ਹੈ, ਕੌਣ ਕੀ ਹੈ, ਕੌਣ ਕੀ ਹੈ, ਇਹਨਾਂ ਗੱਲਾਂ ਦੇ ਕਿਆ ਅਰਥ ਨੇ? ਸਿੱਖੀ ਦੇ ਮੰਡਲ ਵਿੱਚ ਕੇਵਲ ਫੈਸਲਾ ਕੌਣ? ਗੁਰੂ ਹੈ ਆਖਰੀ ਕੜੀ, ਕੋਈ ਮਨੁੱਖ ਨਹੀਂ ਹੋ ਸਕਦਾ, ਕੋਈ ਮਨੁੱਖ ਨਹੀਂ ਹੋ ਸਕਦਾ। ਇੱਥੇ ਗੁਰੂ ਪਰਮੇਸ਼ਰ, ਅੱਜ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ, ਤੇ ਜਦੋਂ ਅਸੀਂ ਫਿਰ ਗੁਰਮੁਖਤਾਈ ਦੇ ਪ੍ਰਮਾਣ ਪੱਤਰ ਵੰਡਣ ਲੱਗੇ, ਫਿਰ ਸਾਨੂੰ ਮਨਮੁਖਤਾਈ ਦੇ ਵੀ ਵੰਡਣੇ ਪੈਣੇ ਸਨ, ਅਸੀਂ ਉਹ ਵੀ ਵੰਡੇ। ਕਿਉਂਕਿ ਜਦੋਂ ਤੁਸੀਂ ਇੱਕ ਧਿਰ ਨੂੰ ਮਿੱਤਰ ਬਣਾ ਕੇ ਚੱਲੋਗੇ, ਤੁਹਾਨੂੰ ਦੂਸਰੀ ਨੂੰ ਦੁਸ਼ਮਣ ਬਣਾਉਣਾ ਹੀ ਪਏਗਾ। ਜਦੋਂ ਤੁਸੀਂ ਧਿਰ ਬਣਾ ਲਈ ਤੇ ਕਹਾਣੀ ਖਤਮ ਹੋ ਗਈ, ਧਰਮ ਤੇ ਉਦੋਂ ਹੀ ਗਿਆ। ਧਰਮ ਤੇ ਸਮਾਨ ਹੈ, ਜਿਵੇਂ ਹਵਾ ਅਮੀਰ ਗਰੀਬ ਲਈ ਸਮਾਨ ਹੈ,
ਜਿਵੇਂ ਸੂਰਜ ਦੀ ਰੋਸ਼ਨੀ ਸਭਨਾਂ ਲਈ ਬਰਾਬਰ ਹੈ, ਧਰਮ ਤਾਂ ਇਵੇਂ ਸਮਾਨਤਾ ਪੈਦਾ ਕਰਦਾ। ਇਸ ਲਈ ਗੁਰੂ ਪਾਤਸ਼ਾਹ ਦਾ ਜੀਵਨ ਪੜ੍ਹ ਕੇ ਵੇਖੀਏ ਆਪਾਂ, ਉਹ ਬੁਰਿਆਂ ਨਾਲ ਕਿਵੇਂ ਦਾ ਵਿਹਾਰ ਕਰਦੇ ਨੇ, ਮੰਦੇ ਆਚਰਣ ਵਾਲਿਆਂ ਨੂੰ ਵੀ ਸਤਿਗੁਰੂ ਪਾਤਸ਼ਾਹ ਕਿਵੇਂ ਪ੍ਰੇਮ ਪੂਰਵਕ ਵਰਤਾਓ ਕਰਕੇ ਉਹਨਾਂ ਨੂੰ ਨੇਕ ਰਾਹ ਤੇ ਲਿਆਉਂਦੇ ਨੇ। ਧੱਕਾ ਦੇਣਾ ਕਿਸੇ ਚੀਜ਼ ਨੂੰ ਬੜਾ ਆਸਾਨ ਹੁੰਦਾ, ਬੜਾ ਸੌਖਾ। ਤੁਸੀਂ ਕਹਿ ਦਿਓ ਵੀ ਅਸੀਂ ਤੈਨੂੰ ਧੱਕਾ ਦਿੰਦੇ, ਤੂੰ ਇੱਥੇ ਆ ਨਹੀਂ ਸਕਦਾ, ਬਹੁਤ ਸੌਖਾ ਕੰਮ ਹੈ, ਤੁਹਾਡੀ ਜ਼ਿੰਮੇਵਾਰੀ ਮੁੱਕ ਗਈ। ਪਰ ਧਰਮ ਇਸ ਤਰ੍ਹਾਂ ਨਹੀਂ ਕਰਦਾ। ਹੁਣ ਅਸੀਂ ਵੇਖੀਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚ, ਹੁਣ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਭੂਤਨਾ ਕਿਹਾ, ਬੇਤਾਲਾ ਕਿਹਾ, ਕੁਰਾਈਆ ਕਿਹਾ, ਉਹ ਵੀ ਲੋਕ ਮੌਜੂਦ ਸਨ ਸਮਾਜ ਵਿੱਚ, ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਆਪਣਾ ਇਸ਼ਟ ਜਾਤਾ, ਜਿਨ੍ਹਾਂ ਨੇ ਆਖਿਆ ਹੇ ਗੁਰੂ ਨਾਨਕ ਮਹਾਰਾਜ ਤੁਸੀਂ ਹੀ ਸਾਡੇ ਲਈ ਅਕਾਲ ਪੁਰਖ ਦਾ ਸਰੂਪ ਹੋ, ਤੁਸੀਂ ਸਾਡੇ ਲਈ ਰੱਬ ਦੇ ਪਿਆਰੇ ਹੋ, ਅਸੀਂ ਤੁਹਾਡੀ ਸੋਭਤ ਵਿੱਚ ਬੈਠ ਕੇ ਹੀ ਆਪਣਾ ਜੀਵਨ ਸਵਾਰਦੇ ਹਾਂ, ਤੁਸੀਂ ਸਾਡੇ ਜਾਹਰ ਪੀਰ ਹੋ, ਜਗਤ ਗੁਰ ਬਾਬਾ ਹੋ। ਦੋ ਤਰ੍ਹਾਂ ਦੇ ਇਨਸਾਨ ਹੋਏ ਨਾ ਗੁਰੂ ਨਾਨਕ ਨੂੰ ਵੇਖਣ ਵਾਲੇ। ਇੱਕ ਦੀ ਦ੍ਰਿਸ਼ਟੀ ਚ ਗੁਰੂ ਨਾਨਕ ਭੂਤਨਾ, ਬੇਤਾਲਾ ਤੇ ਕੁਰਾਈਆ ਹਨ, ਦੂਸਰੇ ਦੀ ਦ੍ਰਿਸ਼ਟੀ ਚ ਜਾਹਰ ਪੀਰ ਤੇ ਜਗਤ ਗੁਰੂ ਬਾਬਾ ਹਨ। ਕੀ ਭੇਦ ਹੈ, ਕੀ ਫਰਕ ਹੈ? ਹੁਣ ਜਿਹਨੇ ਇਹ ਸ਼ਬਦ ਬੋਲੇ ਉਹਨੇ ਕੀ ਜੱਜ ਕੀਤਾ? ਜਰਾ ਸੋਚ ਕੇ ਵੇਖੋ। ਆਪਾਂ ਅੱਜ ਹੈਰਾਨ, ਅੱਜ ਸਾਡੇ ਸਾਹਮਣੇ ਕੋਈ ਇਸ ਤਰ੍ਹਾਂ ਕਹਿ ਕੇ ਵੇਖੇ, ਅਸੀਂ ਸਿਰ ਨਹੀਂ ਭੰਨ ਦਿਆਂਗੇ ਉਹਦਾ ਕਿ ਸਾਡੇ ਗੁਰੂ ਬਾਰੇ ਇਹੋ ਜਿਹਾ ਕੋਈ ਸ਼ਬਦ ਵਰਤੇ, ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਹ ਠੀਕ ਹੈ, ਸਾਡਾ ਵਿਹਾਰ ਭਾਵੇਂ ਗੁਰਮਤ ਵਾਲਾ ਹੋਵੇ, ਗੁਰੂ ਦੀ ਅਸੀਂ ਵੈਸੇ ਮੰਨਦੇ ਹੋਈਏ ਜਾਂ ਨਾ ਮੰਨਦੇ, ਪਰ ਇਹ ਕੀ ਗੱਲ ਹੋਈ ਵੀ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਭੂਤਨਾ, ਬੇਤਾਲਾ, ਕੁਰਾਈਆ ਆਖੋ? ਇਹ ਇਜਾਜ਼ਤ ਅੱਜ ਅਸੀਂ ਦਿਆਂਗੇ ਕਿਉਂਕਿ ਅੱਜ ਅਸੀਂ ਸੰਗਠਿਤ ਹਾਂ? ਪਰ ਗੁਰੂ ਮਹਾਰਾਜ ਨੇ ਖੁਦ ਆਪਣੀ ਬਾਣੀ ਚ ਕਿਹਾ ਵੀ ਐਸਾ ਕਹਿਣ ਵਾਲੇ ਲੋਕ ਵੀ ਭਾਈ ਮੌਜੂਦ ਸਨ ਜਿਨ੍ਹਾਂ ਨੇ ਮੈਨੂੰ ਭੂਤਨਾ ਕਿਹਾ, ਬੇਤਾਲਾ ਕਿਹਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਬੀਰ ਜੀ ਆਖਦੇ ਨੇ ਵੇਖੋ, ਲੋਕ ਕਹੇ ਕਬੀਰ ਬੌਰਾਨਾ। ਕਈ ਲੋਕ ਕਹਿੰਦੇ ਨੇ ਵੀ ਕਬੀਰ ਤਾਂ ਚੱਲੇ, ਬੌਰਾਨਾ ਦਾ ਅਰਥ ਚੱਲਾ ਹੀ ਹੈ। ਹੁਣ ਉਹ ਜਿਹੜੇ ਬੰਦੇ ਇਸ ਤਰ੍ਹਾਂ ਦੇ ਸ਼ਬਦ ਵਰਗ, ਉਹਨਾਂ ਨੇ ਕੀ ਜੱਜ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ, ਬਾਬਾ ਕਬੀਰ ਸਾਹਿਬ ਜੀ ਨੂੰ, ਇਹਨਾਂ ਮਹਾਨ ਪੁਰਖਾਂ ਨੂੰ? ਉਹਨਾਂ ਨੇ ਆਪਣੇ ਅੰਦਰ ਦੀ ਖਿੱਚ ਕੱਢਣੀ। ਉਹ ਬਦੀ ਵਿੱਚ ਜੀ ਰਹੇ ਸਨ, ਔਗਣਾ ਚ ਜੀ ਰਹੇ ਸਨ, ਅਗਿਆਨਤਾ ਚ ਜੀ ਰਹੇ ਸਨ, ਤੇ ਅਗਿਆਨਤਾ ਦੇ ਦ੍ਰਿਸ਼ਟੀਕੋਣ ਤੇ ਨਜ਼ਰੀਏ ਚੋਂ ਹੀ ਉਹਨਾਂ ਨੂੰ ਲੱਗਿਆ ਵੀ ਗੁਰੂ ਨਾਨਕ ਇਹੋ ਜਿਹੇ ਕਿਉਂ ਨਹੀਂ, ਇਸ ਕਰਕੇ ਤਾਂ ਗਲਤ ਨੇ। ਉਹ ਗੁਰੂ ਨਾਨਕ ਨੂੰ ਹੀ ਗਲਤ ਦੱਸ ਰਿਹਾ। ਸੇਮ ਉਹ ਗੱਲ ਵਾਪਰ ਰਹੀ ਹੈ ਜਿਵੇਂ ਬੱਚਾ ਅੱਗ ਚ ਹੱਥ ਪਾਉਣਾ ਚਾਹੁੰਦਾ ਹੋਵੇ ਤੇ ਮਾਂ ਉਹਨੂੰ ਰੋਕਦੀ ਹੈ ਤੇ ਬੱਚਾ ਮਾਂ ਦੀ ਗਲ ਪੈ ਜਾਂਦਾ, ਲੜ ਪੈਂਦਾ ਉਹਦੇ ਨਾਲ ਵੀ ਤੂੰ ਮੈਨੂੰ ਖੇਡਣ ਕਿਉਂ ਨਹੀਂ ਦੇ ਰਹੀ। ਹੁਣ ਉੱਥੇ ਵੇਖਣ ਵਾਲੇ ਬੰਦੇ ਨੂੰ ਤਾਂ ਇਸ ਗੱਲ ਦਾ ਗਿਆਨ ਹੈ ਨਾ ਵੀ ਮਾਂ ਸਿਆਣੀ ਹੈ, ਜਿਹਨੇ ਰੋਕ ਲਿਆ। ਬੱਚੇ ਦਾ ਗੁੱਸਾ ਨਾਜਾਇਜ਼ ਹੈ, ਬੱਚਾ ਕਿਉਂਕਿ ਅਗਿਆਨੀ ਹੈ, ਬੇਸਮਝ ਹੈ, ਇਹਨੂੰ ਭਲੇ ਬੁਰੇ ਦੀ ਪਛਾਣ ਨਹੀਂ, ਇਹਨੂੰ ਨਫੇ ਨੁਕਸਾਨ ਦਾ ਫਰਕ ਨਹੀਂ ਪਤਾ, ਇਹਦਾ ਗੁੱਸਾ ਜਿਹੜਾ, ਇਹਦੀ ਖਿੱਚ ਜਿਹੜੀ, ਇਹਦਾ ਝਗੜਾ, ਇਹਦਾ ਰੋਣਾ, ਇਹਦਾ ਲੜਾਈ ਕਰਨਾ, ਇਹ ਸਭ ਕੁਝ ਅਗਿਆਨਤਾ ਦੇ ਵਿੱਚੋਂ ਆ ਰਿਹਾ। ਅਗਿਆਨਤਾ ਹੈ ਇਸ ਦੀ, ਅਸੀਂ ਉਹ ਸਮਝ ਜਾਂਦੇ ਹਾਂ ਵੀ ਬੱਚਾ ਬੇਸਮਝ ਹੈ। ਹੁਣ ਬੇਸਮਝੀ ਨਾਲ ਕੀ ਲੜਿਆ ਜਾਏ? ਉਹਨੂੰ ਵਰਾਇਆ ਜਾਂਦਾ ਵੀ ਕੋਈ ਗੱਲ ਨਹੀਂ, ਤੇ ਇਹਨੂੰ ਹੋਰ ਖਿਡਾਉਣਾ ਦਿੰਦੇ। ਉਹਨੂੰ ਵਰਾਇਆ ਹੀ ਜਾ ਸਕਦਾ ਨਾ, ਉਹਨੂੰ ਪਰਚਾਇਆ ਹੀ ਜਾ ਸਕਦਾ ਹੈ ਨਾ, ਕਿਉਂਕਿ ਉਦੋਂ ਸਿਆਣਾ ਬੰਦਾ ਸਮਝ ਰਿਹਾ ਬੱਚੇ ਦੇ ਮਨ ਦੀ ਸਿਚੁਏਸ਼ਨ ਕੀ ਹੈ। ਕਈ ਵਾਰ ਮਾਂ ਗੁੱਸੇ ਚ ਆ ਕੇ ਉਹਨੂੰ ਦੋ ਚਪੇੜਾਂ ਵੀ ਮਾਰ ਦਿੰਦੀ ਹੈ ਤੇ ਘਰ ਦਾ ਸਿਆਣਾ ਬਜ਼ੁਰਗ ਕਹਿੰਦਾ ਧੀਏ ਤੂੰ ਵੀ ਤੂੰ ਬੇਸਮਝ ਹੈ, ਇਹ ਤਾਂ ਬੇਸਮਝ, ਇਹ ਤਾਂ ਨਿਆਣਾ, ਤੂੰ ਵੀ ਨਿਆਣੀ ਹੈ। ਇਹਨੂੰ ਮਾਰਨ ਦੀ ਬਜਾਏ ਇਹਦਾ ਮਨ ਪਰਚਾ, ਇਹਨੂੰ ਤੇ ਪਤਾ ਨਹੀਂ, ਜਦੋਂ ਵੱਡਾ ਹੋਏਗਾ ਇਹਨੂੰ ਆਪੇ ਪਤਾ ਲੱਗ ਜਾਣਾ ਤੇ ਲੱਗ ਵੀ ਉਹਨੂੰ ਜਾਂਦਾ। ਹੁਣ ਉਸ ਵੇਲੇ ਕੀ ਹੈ, ਉਹਦੇ ਗੁੱਸੇ, ਉਹਦੀ ਖਿੱਚ ਦਾ ਕਾਰਨ ਉਹਦੀ ਅਗਿਆਨਤਾ। ਜਿਹੜੇ ਲੈਵਲ ਤੇ ਉਹ ਖੜਾ ਹੈ ਨਾ, ਬਹੁਤ ਛੋਟਾ ਹੈ, ਉਹ ਸਮਝ ਦਾ ਲੈਵਲ ਬੜਾ ਨੀਵਾਂ ਹੈ, ਉਹ ਭਲਾ ਬੁਰਾ ਨਹੀਂ ਵਿਚਾਰਦਾ, ਮਾਂ ਵਿਚਾਰਦੀ ਹੈ। ਤੇ ਸਿਆਣਾ ਬੰਦਾ ਕੀ ਕਹਿੰਦਾ ਵੀ ਇਹਦੇ ਤੇ ਗੁੱਸਾ ਕਰਨ ਦੀ ਬਜਾਏ ਇਹਦਾ ਮਨ ਕਿਸੇ ਹੋਰ ਪਾਸੇ ਲਾਓ, ਜਦੋਂ ਇਹ ਇੰਨਾ ਸਿਆਣਾ ਹੋ ਜਾਏਗਾ ਨਾ,
ਜਦੋਂ ਇਹਨੂੰ ਵੀ ਸਮਝ ਆ ਗਈ ਫਿਰ ਇਹਨੇ ਇਹੋ ਜਿਹੀਆਂ ਚੀਜ਼ਾਂ ਤੇ ਗੁੱਸਾ ਨਹੀਂ ਕਰਨਾ, ਫਿਰ ਇਹੋ ਜਿਹੀਆਂ ਚੀਜ਼ਾਂ ਤੇ ਇਹਨੇ ਖਿਜਣਾ ਨਹੀਂ, ਅਜੇ ਇਹ ਬਹੁਤ ਛੋਟੀ ਬੁੱਧੀ ਦਾ ਮਾਲਕ ਹੈ। ਗੁਰੂ ਵੀ ਸੰਸਾਰ ਲਈ ਐਵੇਂ ਸੋਚਦਾ। ਕਬੀਰ ਜੀ ਨੂੰ ਜਿਹਨੇ ਬਹੁਰਾਨਾ ਕਿਹਾ, ਕਬੀਰ ਜੀ ਨੇ ਹੱਸ ਕੇ ਜਰਿਆ ਕਿਹਾ ਕੋਈ ਗੱਲ ਨਹੀਂ, ਅਸੀਂ ਮਾਲਕ ਦੇ ਸਾਹਮਣੇ ਅਰਦਾਸ ਕਰਦੇ, ਇਹਨੂੰ ਚੰਗੀ ਉਜਲੀ ਮਤ ਮਿਲੇ, ਇਹਨੂੰ ਇਹ ਸੋਝੀ ਆ ਜਾਏ। ਜਦੋਂ ਇਹਨੂੰ ਆ ਗਈ ਇਹਨੂੰ ਵੀ ਪਤਾ ਲੱਗ ਜਾਏਗਾ ਵੀ ਬੌਰਾ ਕੀ ਹੁੰਦਾ, ਅਜੇ ਇਹਨੂੰ ਸਮਝ ਨਹੀਂ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਭੂਤ ਨਾ ਕਿਹਾ, ਬੇਤਾਲਾ ਕਿਹਾ, ਹਜ਼ੂਰ ਮਹਾਰਾਜ ਨੇ ਉਹਨਾਂ ਨੂੰ ਕੋਈ ਮੰਦਾ ਸ਼ਬਦ ਥੋੜੀ ਬੋਲਿਆ ਹੋਏਗਾ, ਉਹਨਾਂ ਦੀ ਵੀ ਭਲੇ ਦੀ ਕਾਮਨਾ ਕੀਤੀ, ਆਖਿਆ ਤੁਹਾਨੂੰ ਕਰਤਾਰ ਚੇਤਾ ਹੈ, ਪਰਮੇਸ਼ਰ ਯਾਦ ਆਏ। ਜਦੋਂ ਤੁਹਾਨੂੰ ਸੋਝੀ ਆ ਗਈ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਵੀ ਭੂਤ ਨਾ ਕਿਹਨੂੰ ਆਖੀਦਾ, ਬੇਤਾਲਾ ਕਿਹਨੂੰ ਆਖੀਦਾ। ਅਜੇ ਤੇ ਤੁਹਾਡੀ ਬੁੱਧ ਛੋਟੀ ਹੈ, ਸਮਝ ਛੋਟੀ ਹੈ, ਜੇ ਛੋਟੀ ਸਮਝ ਵਿੱਚੋਂ ਇਹ ਗੱਲਾਂ ਨਿਕਲ ਰਹੀਆਂ ਨੇ, ਅਜੇ ਤੁਸੀਂ ਮੈਨੂੰ ਆਪਣੀ ਅਗਿਆਨਤਾ ਚੋਂ ਪਰਖ ਰਹੇ ਹੋ। ਉਹ ਵੀ ਜਿਸ ਵੇਲੇ ਤੁਹਾਨੂੰ ਸਮਝ ਆਏਗੀ ਨਾ, ਤੁਹਾਡੀ ਬੁੱਧ ਜਾਗ ਪਈ, ਤੁਹਾਡੀ ਸੁਰਤ ਜਾਗ ਪਈ, ਤੁਹਾਡੀ ਚੇਤਨਾ ਜਾਗ ਪਈ, ਉਸ ਵੇਲੇ ਜਦੋਂ ਤੁਸੀਂ ਪਰਖੋਗੇ ਵੀ ਖਰਾ ਕੀ ਹੈ ਖੋਟਾ ਕੀ ਹੈ, ਤੁਸੀਂ ਖੁਦ ਆਪਣੇ ਇਸ ਕਰਮ ਤੇ ਸ਼ਰਮਸ਼ਾਰ ਹੋਵੋਗੇ। ਉਸ ਵੇਲੇ ਤੁਹਾਨੂੰ ਸਮਝ ਆਏਗੀ ਭੂਤ ਨੇ ਕੌਣ ਨੇ, ਬੇਤਾਲੇ ਕੌਣ ਨੇ, ਕੁਰਾਈਏ ਕੌਣ ਨੇ। ਭਾਈ ਗੁਰਦਾਸ ਜੀ ਨੇ ਇੱਕ ਹਵਾਲਾ ਦਿੱਤਾ ਹੈ ਵਾਰਾਂ ਦੇ ਵਿੱਚ, ਉਹ ਲਿਖਦੇ ਨੇ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਸਮਾਂ ਸੀ, ਮਾਹੌਲ ਸੀ, ਸਿਚੁਏਸ਼ਨ ਇਹੋ ਜਿਹੀ ਸੀ, ਸਹਿ ਪਾਤਸ਼ਾਹ ਜੀ ਨੇ ਤਖ਼ਤ ਉੱਤੇ ਬੈਠ ਕੇ ਫੈਸਲੇ ਕਰਨੇ ਆਰੰਭ ਕੀਤੇ, ਫੌਜਾਂ ਰੱਖੀਆਂ, ਸ਼ਿਕਾਰ ਖੇਡੇ, ਨੌਜਵਾਨਾਂ ਦੀ ਜੰਗੀ ਭਰਤੀ ਆਰੰਭ ਕੀਤੀ, ਨਗਾਰੇ ਵੱਜਣ ਲੱਗੇ, ਨਿਸ਼ਾਨ ਝੁੱਲਣ ਲੱਗੇ, ਰਾਜਿਆਂ ਦੇ ਰਾਜਨੀਤਿਕ ਵਫਦ ਹਜ਼ੂਰ ਦੇ ਦਰਬਾਰ ਵਿੱਚ ਆਏ। ਇਹ ਸਾਰਾ ਕੁਝ, ਇਸ ਤਬਦੀਲੀ ਨੂੰ ਕਈ ਬੰਦੇ ਸਮਝ ਨਾ ਪਾਏ ਵੀ ਇਹ ਤਬਦੀਲੀ ਕੀ ਹੈ। ਅਸੀਂ ਕਈ ਵਾਰ ਬਾਹਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਫੜ ਲੈਂਦੇ ਹਾਂ, ਓਵਰਆਲ ਸਾਰੀ ਸਿਚੁਏਸ਼ਨ ਨੂੰ ਅਸੀਂ ਕਈ ਵਾਰ ਵਾਚਦੇ, ਵਿਚਾਰਦੇ, ਪਰਖਦੇ ਨਹੀਂ। ਭਾਈ ਗੁਰਦਾਸ ਜੀ ਲਿਖਦੇ ਨੇ, ਕਈ ਬੰਦਿਆਂ ਨੇ ਪ੍ਰਾਪੋਗੰਡਾ ਕੀਤਾ, ਵੇਖੋ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਗੁਰੂ ਸਾਹਿਬਾਂ ਦਾ ਜੀਵਨ ਹੋਰ ਤਰ੍ਹਾਂ ਦਾ ਸੀ, ਛੇਵੇਂ ਪਾਤਸ਼ਾਹ ਮਹਾਰਾਜ ਨੇ ਤਾਂ ਸਾਰਾ ਕੁਝ ਬਦਲ ਦਿੱਤਾ ਹੈ, ਪਹਿਲੇ ਗੁਰੂ ਸਾਹਿਬ ਧਰਮਸ਼ਾਲ ਵਿੱਚ ਬਹਿ ਕੇ ਰੱਬ ਦੀ ਬੰਦਗੀ ਬਾਣੀ ਦੀ ਗੱਲ ਕਰਦੇ ਸਨ, ਛੇਵੇਂ ਪਾਤਸ਼ਾਹ ਮਹਾਰਾਜ ਤਾਂ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਚਲੇ ਜਾਂਦੇ ਨੇ, ਉਹ ਧਰਮਸ਼ਾਲਾਂ ਬਣਾਉਂਦੇ ਸਨ, ਇਹ ਕਿਲੇ ਬਣਾਉਣ ਲੱਗ ਪਏ, ਕਿੰਨਾ ਫਰਕ ਪੈ ਗਿਆ। ਉਹ ਮੰਜੀ ਤੇ ਬੈਠ ਕੇ ਸੰਗਤ ਵਿੱਚ ਉਪਦੇਸ਼ ਦਿੰਦੇ ਸਨ, ਇਹ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਖੇਡਦੇ ਨੇ। ਉਹ ਆਪਣੇ ਸਿੱਖਾਂ, ਸੇਵਕਾਂ, ਗੁਰਮੁਖਾਂ ਦੀ ਸੰਗਤ ਵਿੱਚ ਖੁਸ਼ ਹੁੰਦੇ ਸਨ। ਗੁਰੂ ਪਾਤਸ਼ਾਹ ਨੇ ਵੇਖੋ ਆ ਸ਼ਿਕਾਰੀ ਰੱਖਣੇ ਸ਼ੁਰੂ ਕਰ ਲਏ, ਸ਼ਿਕਾਰ ਖੇਡਣ ਵਾਲੇ ਹਥਿਆਰਬੰਦ ਭਰਤੀ ਕਰ ਲਏ, ਇਹ ਤਾਂ ਸਾਰਾ ਧਰਮ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ, ਸਿੱਖੀ ਦਾ ਰੂਪ ਹੀ ਬਦਲ ਦਿੱਤਾ। ਔਰ ਕੇਵਲ ਉਦੋਂ ਹੀ ਨਹੀਂ, ਮਗਰ ਦੇ ਲਿਖਾਰੀਆਂ ਨੇ ਵੀ ਇਹ ਭੁਲੇਖਾ ਖਾਧਾ, ਉਹਨਾਂ ਨੇ ਆਖਿਆ ਬਦਲਾ, ਪੰਜਵੇਂ ਪਾਤਸ਼ਾਹ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਸਿੱਖੀ ਚ ਬਦਲਾ ਕੀਤਾ, ਐਸਾ ਵੀ ਲਿਖਿਆ ਕਈ ਲਿਖਾਰੀਆਂ ਨੇ। ਔਰ ਅੱਜ ਤੱਕ ਕਈ ਬੰਦੇ ਪ੍ਰਚਾਰੀ ਵੀ ਜਾ ਰਹੇ ਨੇ ਇਸ ਗੱਲ ਨੂੰ, ਉਹ ਸਮਝ ਹੀ ਨਹੀਂ ਪਾਏ ਵੀ ਬਦਲਾ ਕੀ ਹੁੰਦਾ। ਉਦਾਹਰਣ ਦਿੰਦਾ, ਹੁਣ ਆਪਾਂ ਮੋਟੇ ਕੱਪੜੇ ਪਾ ਕੇ ਰੱਖਦੇ ਹਾਂ, ਅੱਜ ਠੰਡ ਹੈ, ਜਦੋਂ ਗਰਮੀ ਆਈ ਗਰਮੀ ਦੇ ਹਿਸਾਬ ਨਾਲ ਤੁਸੀਂ ਪਤਲੇ ਕੱਪੜੇ ਪਾਓਗੇ ਤੇ ਇਸੇ ਹੀ ਹਾਲ ਦੇ ਵਿੱਚ ਹੀਟ ਦੀ ਜਗ੍ਹਾ ਏਸੀ ਚੱਲਣ ਲੱਗ ਪੈਣਗੇ, ਤੁਸੀਂ ਤੇ ਨਹੀਂ ਨਾ ਬਦਲ ਜਾਣਾ, ਤੁਸੀਂ ਉਹੀ ਬੰਦੇ ਰਹੋਗੇ ਜਿਹੜੇ ਜਨਵਰੀ ਚ ਵੀ ਹੋ ਤੇ ਤੁਸੀਂ ਜੂਨ ਦੇ ਮਹੀਨੇ ਚ ਵੀ ਉਹ ਹੀ। ਤੁਹਾਡੀ ਸੁਰਤ ਬਦਲ ਜਾਣੀ ਹੈ, ਗਰਮੀ ਸਰਦੀ ਚ ਤੁਹਾਡੇ ਵਿਚਾਰ ਬਦਲ ਜਾਂਦੇ ਨੇ, ਸੁਰਤ ਬਦਲ ਜਾਂਦੀ ਹੈ, ਜਾਂ ਸਾਡਾ ਵਿਅਕਤੀ ਤਾਂ ਬਦਲ ਜਾਂਦਾ, ਨਹੀਂ ਅਸੀਂ ਉਹੀ ਰਹਿੰਦੇ, ਸਰੀਰ ਦਾ ਪਹਿਰਾਵਾ ਬਦਲਦਾ, ਬਾਹਰ ਜਿਹੋ ਜਿਹਾ ਮਾਹੌਲ ਹੋਵੇ ਉਸ ਤਰ੍ਹਾਂ ਅਸੀਂ ਪਹਿਨ ਲਈਏ। ਉੱਥੇ ਬੇਸਮਝੀ ਸੀ, ਗੁਰੂ ਸਾਹਿਬ ਦੇ ਹੱਥ ਚ ਤਲਵਾਰ ਵੇਖ ਕੇ ਇਹ ਜਜਮੈਂਟ ਦੇ ਦਿੱਤੀ, ਇਹ ਫੈਸਲਾ ਕਰ ਲਿਆ ਵੀ ਗੁਰੂ ਬਦਲ ਗਏ,
ਬਸ ਹੱਥ ਚ ਤਲਵਾਰ ਆਉਣ ਨਾਲ ਗੁਰੂ ਬਦਲ ਗਿਆ। ਨਹੀਂ, ਗੁਰੂ ਦਾ ਆਸ਼ਾ ਤੇ ਉਹੀ ਹੈ। ਗੁਰੂ ਪਾਤਸ਼ਾਹ ਦੇ ਘੋੜੇ ਦੀ ਸਵਾਰੀ ਕਰਨ ਨਾਲ, ਫੌਜੀ ਭਰਤੀ ਕਰ ਲੈਣ ਦੇ ਨਾਲ, ਪਰ ਇਹ ਨਹੀਂ ਸੀ ਉਹ ਬਿਆਨ ਕਰ ਰਿਹਾ ਲੋਕ ਜਾਂ ਅਗਿਆਨਤਾ ਵੱਸ ਕਹਿ ਲਓ ਜਾਂ ਪ੍ਰਾਪੂਗੰਡੇ ਦੇ ਵੱਸ ਕਹਿ ਲਓ, ਵੀ ਗੁਰੂ ਪਾਤਸ਼ਾਹ ਨੇ ਜੇ ਤਲਵਾਰ ਚੁੱਕੀ ਹੈ ਤੇ ਉਹਨਾਂ ਗੁਰਮੁਖਾਂ ਦੀ ਹਿਫਾਜ਼ਤ ਲਈ ਚੁੱਕੀ ਹੈ ਜਿਹੜੇ ਗੁਰਮੁਖਾਂ ਦੀ ਸੰਗਤ ਅੱਜ ਤੱਕ ਉਹਨਾਂ ਪੈਦਾ ਕੀਤੀ ਹੈ। ਜੇ ਗੁਰੂ ਸ਼ਿਕਾਰ ਖੇਡ ਰਿਹਾ ਜਾਂ ਫੌਜੀ ਭਰਤੀ ਕਰ ਰਿਹਾ ਤਾਂ ਗੁਰੂ ਨੇ ਇਹ ਫੌਜ ਜਿਹੜੀ ਹੈ ਕੋਈ ਮੱਲਾਂ ਮਾਰਨ ਲਈ ਨਹੀਂ ਬਣਾਈ ਕਿ ਉਹ ਜ਼ਮੀਨਾਂ ਤੇ ਕਬਜ਼ੇ ਕਰਦੇ ਹੋਣ ਜਾਂ ਕਿਸੇ ਨਾਲ ਲੜਾਈਆਂ ਕਰਦੇ ਹੋਣ। ਨਹੀਂ, ਇਹ ਉਹਨਾਂ ਨੇ ਆਪਣੀ ਧਰਮਸ਼ਾਲਾ ਦੀ ਰਾਖੀ ਲਈ ਕਿਲ੍ਹਾ ਬਣਾਇਆ। ਉਹਨਾਂ ਲਈ ਕਿਲ੍ਹਾ ਮਕਸਦ ਨਹੀਂ, ਧਰਮਸ਼ਾਲਾ ਮਕਸਦ ਹੈ। ਜਿਨ੍ਹਾਂ ਨੇ ਧਰਮਸ਼ਾਲਾ ਬਣਾਈ ਉਹ ਰਾਖੀ ਵੀ ਤਾਂ ਕਰਨਗੇ ਨਾ। ਗੱਲ ਤਾਂ ਇੰਨੀ ਸੀ, ਭਾਈ ਗੁਰਦਾਸ ਜੀ ਨੇ ਉੱਥੇ ਬਾ ਕਮਾਲ ਸ਼ਬਦ ਲਿਖਿਆ। ਉਹ ਕਹਿੰਦੇ ਨੇ ਚਰਨ ਕਮਲ ਸਿੱਖ ਭਵਰ ਲੁਭਾਇਆ, ਕਹਿੰਦੇ ਨੇ ਬਾਕੀ ਸਾਰਿਆਂ ਨੂੰ ਇਹ ਭੁਲੇਖਾ ਹੋ ਸਕਦਾ ਪਰ ਗੁਰੂ ਦੇ ਪਿਆਰਿਆਂ ਨੂੰ ਭੁਲੇਖਾ ਨਹੀਂ ਪਿਆ। ਉਹ ਇਸ ਗਲਤ ਪ੍ਰਚਾਰ ਹੇਠ ਨਹੀਂ ਆਏ। ਬਾਹਰ ਦੀ ਤਬਦੀਲੀ ਨੂੰ ਉਹਨਾਂ ਨੇ ਗੁਰੂ ਦੀ ਜਾਂ ਸਿੱਖੀ ਦੀ ਤਬਦੀਲੀ ਨਹੀਂ ਮੰਨਿਆ, ਉਹ ਇਸ ਭੁਲੇਖੇ ਦੇ ਸ਼ਿਕਾਰ ਨਹੀਂ ਹੋਏ। ਪਤਾ ਕਿਉਂ? ਕਹਿੰਦੇ ਨੇ ਇੱਕ ਫੁਲਵਾੜੀ ਵਿੱਚ ਕਈ ਰੰਗਾਂ ਦੇ ਫੁੱਲ ਨੇ। ਹੁਣ ਭਵਰਾ ਕਿਹੜੀ ਚੀਜ਼ ਉੱਤੇ ਆ ਕੇ ਬੈਠਦਾ? ਫੁੱਲ ਦੇ ਵਿਚਕਾਰ ਇੱਕ ਹਿੱਸਾ, ਉਹਨੂੰ ਮਕਰੰਦ ਕਹਿੰਦੇ। ਮਕਰੰਦ ਉੱਤੇ ਫੁੱਲ ਚਿੱਟੇ ਰੰਗ ਦਾ ਵੀ ਹੈ, ਲਾਲ ਰੰਗ ਦਾ ਵੀ ਹੈ, ਗੁਲਾਬੀ ਰੰਗ ਦਾ ਵੀ ਹੈ, ਹਰੇ ਰੰਗ ਦਾ, ਹਰ ਤਰ੍ਹਾਂ ਦੇ ਇੱਕ ਫੁਲਵਾੜੀ ਵਿੱਚ ਫੁੱਲ ਨੇ। ਤੇ ਭਵਰੇ ਨੇ ਫੁੱਲ ਦਾ ਰੰਗ ਨਹੀਂ ਵੇਖਿਆ, ਨਾ ਉਹਦੀ ਬਣਤਰ ਵੇਖੀ। ਉਹ ਤਾਂ ਰਸ ਦਾ ਰਸੀਆ ਹੈ, ਉਹ ਤਾਂ ਸੁਗੰਧ ਦਾ ਮੁਰੀਦ ਹੈ। ਉਹ ਫੁੱਲ ਦੇ ਵਿਚਕਾਰਲੇ ਹਿੱਸੇ ਤੇ ਆ ਕੇ ਬੈਠਦਾ ਤੇ ਰਸ ਪੀਂਦਾ। ਫੁੱਲ ਦੀ ਸੁਗੰਧੀ, ਖੇੜਾ ਤੇ ਰਸ, ਤਿੰਨਾਂ ਚੀਜ਼ਾਂ ਦਾ ਆਨੰਦ ਲੈਂਦਾ। ਉਹਨੂੰ ਪਤਾ ਵੀ ਰੰਗ ਨਹੀਂ, ਮੈਂ ਤਾਂ ਕੁਆਲਿਟੀ ਨਾਲ, ਅਸਲੀ ਚੀਜ਼ ਨਾਲ ਜੁੜਿਆ ਹੋਇਆ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਵੀ ਇਹੀ ਸਮਝਾਉਂਦੇ ਰਹੇ ਵੀ ਭਾਈ ਮੇਰਾ ਸਰੀਰ ਨਾਸ਼ਵੰਤ ਹੈ, ਇਹਨੇ ਨਾਸ਼ ਹੋਣਾ, ਪਰ ਜਿਹੜੀ ਚੀਜ਼ ਤੁਹਾਨੂੰ ਸੇਧ ਦੇਣ ਵਾਲੀ ਹੈ ਨਾ, ਉਹ ਗੁਰੂ ਅੰਗਦ ਦੇ ਵਿੱਚ ਹੈ। ਤੁਸੀਂ ਸਰੀਰ ਨਾਲ ਨਹੀਂ, ਉਸ ਚੀਜ਼ ਨਾਲ ਜੁੜਨਾ ਹੈ ਜਿਹਨੇ ਤੁਹਾਡਾ ਜੀਵਨ ਸਫਲ ਕਰ। ਦਸਮ ਪਾਤਸ਼ਾਹ ਨੇ ਕੀ ਆਖਿਆ ਸਾਨੂੰ ਕਿ ਭਾਈ ਉਹ ਆਤਮਾ, ਉਹ ਸ਼ਬਦ ਸਰੂਪ, ਉਹ ਜੁਗਤ, ਉਹ ਜੋਤ ਗ੍ਰੰਥ ਵਿੱਚ ਹੈ। ਤੁਸੀਂ ਮੇਰੇ ਸਰੀਰ ਨਾਲ ਨਹੀਂ ਜੁੜਨਾ ਕਿ ਸਰੀਰ ਨਾਸ਼ ਹੋਏਗਾ, ਪਰ ਤੁਸੀਂ ਕਿਹੜੀ ਚੀਜ਼ ਨਾਲ ਜੁੜਨਾ? ਉਸ ਸ਼ਬਦ ਨਾਲ ਜਿਹਨੇ ਤੁਹਾਡੀ ਕਲਿਆਣ ਕਰਨੀ, ਜਿਹਨੇ ਤੁਹਾਡਾ ਭਲਾ ਕਰਨਾ, ਔਰ ਇਹ ਹਮੇਸ਼ਾ ਵਾਸਤੇ ਤੁਹਾਡਾ ਭਲਾ। ਜਿਹੜਾ ਵੀ ਇਸ ਨਾਲ ਜੁੜੇਗਾ ਉਹਦਾ ਹੀ ਭਲਾ ਹੋਏਗਾ। ਕਿੱਡੀ ਕਮਾਲ ਦੀ ਗੱਲ ਹੈ! ਫੁੱਲਾਂ ਦੇ ਰੰਗ ਵੱਖਰੇ ਵੱਖਰੇ ਨੇ, ਨਾਮ ਵੱਖਰੇ ਵੱਖਰੇ ਨੇ, ਪਰ ਉਹਨਾਂ ਦਾ ਰਸ, ਉਹਨਾਂ ਦੀ ਕੁਆਲਿਟੀ ਇੱਕ ਹੈ। ਤੇ ਭਵਰਾ ਇਸ ਅਹਿਸਾਸ ਵਿੱਚ ਗੜੂੰਦਾ ਹੈ, ਭਵਰੇ ਨੂੰ ਇਸ ਗੱਲ ਦਾ ਖਿਆਲ ਹੈ, ਯਾਨੀ ਕਿ ਗੁਰਸਿੱਖ ਨੂੰ, ਜਿਹੜਾ ਸੱਚਮੁੱਚ ਹੀ ਗੁਰੂ ਨਾਲ ਜੁੜਿਆ ਹੈ ਨਾ, ਉਹਨੂੰ ਇਸ ਗੱਲ ਦਾ ਕਿਆਸ, ਉਹਨੂੰ ਇਸ ਗੱਲ ਦਾ ਗਿਆਨ ਹੈ। ਉਹ ਦਸਾਂ ਪਾਤਸ਼ਾਹੀਆਂ ਨੂੰ ਇੱਕ ਜੋਤ ਮੰਨਦਾ, ਉਹਦਾ ਇਹ ਅਕੀਦਾ ਹੈ, ਉਹਦਾ ਇਹ ਵਿਸ਼ਵਾਸ ਹੈ। ਇਸ ਵਾਸਤੇ ਗੁਰੂ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਵਿੱਚ ਫਰਮਾਇਆ, ਕਹਿਣ ਲੱਗੇ, ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ। ਅਗਿਆਨੀ ਜੀਵ ਗੁਣ ਦੀ ਪਛਾਣ ਨਹੀਂ ਕਰ ਸਕਦਾ, ਉਹ ਰੱਬੀ ਗੁਣਾਂ ਦੀ ਕਦਰੋਂ ਕੀਮਤ ਨਹੀਂ ਸਮਝ ਸਕਦਾ। ਔਰ ਇੱਕ ਹੋਰ ਨੁਕਤਾ ਬਿਆਨ ਕਰਦੇ ਹਾਂ, ਬੜੀ ਸਵਾਦਲੀ ਗੱਲ ਹੈ। ਅਸੀਂ ਕਈ ਵਾਰ ਕਹਿੰਦੇ ਨਾ, ਵੇਖੋ ਮੈਂ ਇੰਨਾ ਚੰਗਾ ਕੰਮ ਕੀਤਾ, ਇਹਨਾਂ ਬੰਦਿਆਂ ਨੂੰ ਕਦਰ ਹੀ ਕੋਈ ਨਹੀਂ। ਵੀ ਚਾਰ ਲੋਕ ਇਕੱਠੇ ਹੋਏ, ਕਿਸੇ ਨੇ ਐਪਰੀਸ਼ੀਏਟ ਨਾ ਕੀਤਾ, ਕਿਸੇ ਨੇ ਧੰਨਵਾਦ ਨਾ ਕੀਤਾ, ਕਿਸੇ ਸ਼ਾਬਾਸ਼ ਨਾ ਦਿੱਤੀ, ਤੇ ਅਸੀਂ ਕਹਿੰਦੇ ਵੀ ਵੇਖੋ ਕਿਹੋ ਜਿਹੇ ਬੇਕਦਰਿਆਂ ਚ ਫਸ ਗਏ ਹਾਂ। ਇਹਨਾਂ ਬੰਦਿਆਂ ਨੂੰ ਕਿਸੇ ਦੇ ਗੁਣ, ਕਿਸੇ ਦੀ ਚੰਗਿਆਈ, ਕਿਸੇ ਦੇ ਚੰਗੇ ਕੰਮ ਦੀ ਕੋਈ ਵੈਲਿਊ ਹੀ ਇਹਨਾਂ ਦੀ ਨਜ਼ਰ ਚ ਹੈ ਨੀ। ਕਿਹੋ ਜਿਹੇ ਬੇਸ਼ੁਕਰੇ, ਨਾ ਸ਼ੁਕਰੇ ਲੋਕ ਇਕੱਠੇ ਹੋਏ ਨੇ। ਹੁਣ ਜਿਹੜਾ ਬੰਦਾ ਇਸ, ਇਹ ਠੀਕ ਹੈ, ਮਹਿਸੂਸ ਹੋ ਸਕਦਾ ਕਿਸੇ ਨੂੰ, ਪਰ ਜਿਹੜਾ ਬੰਦਾ ਇਸ ਗੱਲ ਦਾ ਰੋਣਾ ਹੀ ਰੋਈ ਜਾਂਦਾ ਨਾ 24 ਘੰਟੇ, ਉਹ ਖੁਦ ਵੀ ਬਹੁਤਾ ਗਿਆਨਵਾਨ ਨਹੀਂ। ਪਤਾ ਕਿਉਂ? ਕਿਉਂਕਿ ਉਹ ਅੰਨਿਆਂ ਦੇ ਕੋਲੋਂ ਸਟੇਟਮੈਂਟ ਲੈਣੀ ਚਾਹੁੰਦਾ ਹੈ ਵੀ ਅੰਨੇ ਕਹਿਣ ਵੀ ਇਹ ਹੀਰਾ ਸਹੀ ਹੈ। ਉਹ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਕਿ ਬੰਦੇ ਅੰਨੇ ਨੇ।
ਵੀ ਜੇ ਇਹਨਾਂ ਨੂੰ ਨਹੀਂ ਸਾਰਤੇ ਤਾਂ ਮਤਲਬ ਇਹਨਾਂ ਨੂੰ ਸਮਝ ਨਹੀਂ, ਤੇ ਜਿਹਨੂੰ ਸਮਝ ਹੋਏਗੀ ਉਹਨੇ ਆਪੇ ਹੀ ਸਾਰ ਲੈ ਕੇ ਪਰਖ ਕੇ ਕਹਿ ਦੇਣਾ ਵੀ ਭਾਈ ਵਧੀਆ, ਭਾਵੇਂ ਉਹ ਹਜ਼ਾਰਾਂ ਚ ਇੱਕ ਹੀ ਹੋਵੇ, ਉਹ ਹੀ ਬਹੁਤ ਹੈ। ਤੂੰ ਅੰਨਿਆਂ ਦੇ ਕੋਲੋਂ ਝੂਠੀਆਂ ਗੱਲਾਂ ਕਵਾਉਣ ਦੀ ਬਜਾਏ ਚੰਗਾ ਵੀ ਇੱਕ ਸੁਜਾਖਾ ਕਹਿ ਦੇ ਵੀ ਭਾਈ ਆ ਅਸਲੀ ਹੈ ਆ ਨਕਲੀ ਹੈ, ਉਹ ਇੱਕ ਹੀ ਬਹੁਤ ਹੈ, ਉਹਦੇ ਚ ਕੋਈ ਕੁਆਲਿਟੀ ਤੇ ਹੈ। ਜਿਵੇਂ ਅਸੀਂ ਹਜ਼ਾਰਾਂ ਹੀ ਇੱਥੇ ਨਕਲੀ ਫੁੱਲਾਂ ਦੇ ਗਮਲੇ ਰਿਆ ਕੇ ਰੱਖ ਦਈਏ ਤੇ ਤੁਸੀਂ ਇੱਕ ਫੁੱਲ ਅਸਲੀ ਰੱਖ ਦਿਓ, ਭਵਰਾ ਕਿੱਥੇ ਆ ਕੇ ਬੈਠੇਗਾ, ਅਸਲੀ ਤੇ ਕਿ ਨਕਲੀਆਂ ਤੇ? ਬਸ ਇਹ ਫਰਕ ਹੈ। ਜੇ ਕਿਸੇ ਨੇ ਸਾਡੀ ਚੰਗਿਆਈ ਦੀ ਜਾਂ ਅਸੀਂ ਕੋਈ ਚੰਗਾ ਕੰਮ ਕੀਤਾ ਹੈ, ਕਿਸੇ ਨੇ ਨਹੀਂ ਉਹਦੀ ਸਾਰ ਜਾਣੀ, ਇਹਦਾ ਮਤਲਬ ਉਦੋਂ ਹੀ ਸਮਝ ਅੰਡਰਸਟੈਂਡ ਕਰ ਲਈਏ ਵੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਚੰਗਿਆਈ ਬੁਰਾਈ ਦਾ ਕੁਝ, ਇਹਨਾਂ ਨੂੰ ਫਰਕ ਨਹੀਂ ਪਤਾ। ਜੇ ਪਤਾ ਹੁੰਦਾ ਤੇ ਜ਼ਰੂਰ ਕਹਿੰਦੇ, ਤੇ ਜਿਹਨੂੰ ਪਤਾ ਉਹਨੇ ਕਹਿ ਜਾਣਾ। ਤੇ ਭੁੱਖ ਵੈਸੇ ਵੀ ਨੇਕ ਬੰਦਾ ਇਹ ਭੁੱਖ ਰੱਖੇ ਹੀ ਕਿਉਂ ਵੀ ਲੋਕ ਮੈਨੂੰ ਚੰਗਾ ਕਹਿਣ? ਨਹੀਂ, ਉਹ ਤਾਂ ਚੰਗਾ ਕਮਾਉਂਦਾ ਹੈ, ਉਹ ਤਾਂ ਚੰਗਾ ਕਰਨ ਵਿੱਚ ਬਿਲੀਵ ਕਰਦਾ ਹੈ ਕਿਉਂਕਿ ਉਹ ਖੁਦ ਚੰਗਾ ਹੈ। ਸਤਿਗੁਰੂ ਪਾਤਸ਼ਾਹ ਜੀ ਦੂਸਰੇ ਸਲੋਕ ਵਿੱਚ ਫਰਮਾਉਂਦੇ ਨੇ, ਹਜ਼ੂਰ ਆਖਦੇ ਨੇ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ। ਰਤਨ ਜਾਨੀ ਕਿ ਰੱਬ ਦੇ ਗੁਣ, ਸ਼ਬਦ, ਉਪਦੇਸ਼, ਉੱਤਮ ਵਿਚਾਰ। ਰਤਨਾ ਦਾ ਇਹ ਭੰਡਾਰ ਜਿਹੜਾ ਹੈ ਗੁਰੂ ਭੰਡਾਰੀ ਨੇ ਆ ਕੇ ਸਤਸੰਗ ਵਿੱਚ ਖੋਲ ਦਿੱਤਾ। ਭਾਵ ਨੂੰ ਸਮਝੀਏ, ਰਤਨਾ ਦਾ ਇਹ ਭੰਡਾਰ, ਗੁਣਾਂ ਦਾ ਇਹ ਭੰਡਾਰ ਗੁਰੂ ਭੰਡਾਰੀ ਨੇ, ਗੁਰੂ ਜੌਹਰੀ ਨੇ ਲਿਆ ਕੇ ਸਤਸੰਗ ਵਿੱਚ ਗੁਰਸਿੱਖਾਂ ਦੇ ਸਾਹਮਣੇ ਖੋਲ ਦਿੱਤਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਫਿਰ ਕਹਿੰਦੇ ਨੇ ਵੱਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ। ਇਹ ਜਿਹੜੀ ਗੁਣਾਂ ਦੀ, ਰੱਬ ਦੀਆਂ ਸਿਫਤਾਂ ਦੀ, ਬਾਣੀ ਦੀ, ਸ਼ਬਦ ਦੀ ਅਥਾਹ ਦੌਲਤ ਹੈ ਨਾ, ਇਹ ਗੁਰੂ ਨੂੰ ਵੀ ਚੰਗੀ ਲੱਗੀ। ਤੇ ਵਣਜਾਰੇ ਕੌਣ ਨੇ? ਵਣਜਾਰੇ ਸਿੱਖ ਆਮ ਦੇ ਗੁਰਸਿੱਖ ਵਣਜਾਰੇ ਨੇ, ਸਤ ਸੰਗੀ ਵਣਜਾਰੇ ਨੇ। ਉਹ ਕਿਹਦਾ ਵਣਜ ਕਰਨ ਆਉਂਦੇ ਨੇ? ਉਹ ਸ਼ਬਦ ਦਾ ਵਣਜ ਕਰਨ ਆਉਂਦਾ। ਉਹ ਸ਼ਬਦ ਸੁਣਾਉਣ ਵਾਲੇ ਦਾ ਰੂਪ ਰੰਗ ਵੇਖਣ ਨਹੀਂ ਆਉਂਦੇ। ਜੇ ਉਹ ਸੱਚਮੁੱਚ ਸਤ ਸੰਗੀ ਨੇ ਤੇ ਉਹਨਾਂ ਦਾ ਸੰਬੰਧ ਗੁਰੂ ਦੇ ਉਹਨਾਂ ਸ਼ਬਦਾਂ, ਹੀਰੇ ਮੋਤੀਆਂ ਨਾਲ ਹੈ। ਇਸ ਨੁਕਤੇ ਨੂੰ ਸਮਝੀਏ ਵੀ ਗੁਰੂ ਜੌਹਰੀ ਹੈ, ਗੁਰੂ ਦੇ ਕੋਲ ਕੀਮਤੀ ਰਤਨ ਨੇ, ਕਾਹਦੇ? ਗੁਣਾਂ ਦੇ, ਸ਼ਬਦ ਦੇ, ਉਪਦੇਸ਼ ਦੇ, ਸਿੱਖਿਆ ਦੇ, ਬਾਣੀ ਦੇ, ਸਿਫਤ ਸਲਾਹ ਦੇ। ਤੇ ਸਤਸੰਗ ਵਿੱਚ ਲਿਆ ਕੇ ਗੁਰੂ ਇਹ ਭੰਡਾਰਾ ਖੋਲ ਕੇ ਰੱਖ ਦਿੰਦਾ। ਤੇ ਇਸ ਚੀਜ਼ ਦੇ ਕਦਰਦਾਨ ਕੌਣ ਨੇ? ਗੁਰਸਿੱਖ, ਸਤਸੰਗੀ, ਉਹ ਗੁਰੂ ਕੋਲ ਆਉਂਦੇ ਨੇ। ਹੁਣ ਗੁਰੂ ਵੀ ਉਹਨਾਂ ਗੁਣਾਂ ਦੀ ਕਦਰ ਕਰਦਾ ਤੇ ਗੁਰਸਿੱਖ ਵੀ ਉਹਨਾਂ ਗੁਣਾਂ ਦੀ ਕਦਰ ਕਰਦਾ, ਦੋਵਾਂ ਚ ਗੁਰੂ ਤੇ ਸਿੱਖ ਵਿੱਚ ਸਾਂਝ ਬਣ ਜਾਂਦੀ ਇਹਨਾਂ ਚੀਜ਼ਾਂ ਨੂੰ ਲੈ ਕੇ। ਹੋਰ ਗੁਰੂ ਨਾਲ ਸਾਡੀ ਸਾਂਝ ਕਾਹਦੀ ਹੈ ਦੱਸੋ? ਹੋਰ ਸਾਡੀ ਗੁਰੂ ਨਾਲ ਕੀ ਸਾਂਝ ਹੈ? ਇਹਨਾਂ ਚੀਜ਼ਾਂ ਦੀ ਸਾਂਝ ਹੈ ਨਾ ਵੀ ਗੁਰੂ ਕੋਲ ਅਦੁੱਤੀ ਗਿਆਨ ਹੈ ਤੇ ਅਸੀਂ ਗੁਰੂ ਕੋਲ ਤਾਂ ਆਏ ਕਿ ਅਸੀਂ ਗੁਰੂ ਦੇ ਗਿਆਨ ਦੇ ਅਭਿਲਾਖੀ ਹਾਂ, ਜਾਣਕਾਰ ਹਾਂ, ਅਸੀਂ ਚਾਹੁੰਦੇ ਹਾਂ ਵੀ ਇਹ ਦਾਤ ਸਾਨੂੰ ਮਿਲੇ। ਦੋਹਾਂ ਨੂੰ ਚੰਗੀ ਲੱਗ ਰਹੀ, ਗੁਰੂ ਨੂੰ ਵੀ ਚੰਗੀ ਲੱਗ ਰਹੀ ਹੈ ਤੇ ਵਣਜਾਰੇ ਗੁਰਸਿੱਖਾਂ ਨੂੰ ਵੀ ਚੰਗੀ ਲੱਗ ਰਹੀ। ਫਿਰ ਕਹਿੰਦੇ ਨੇ ਜਿਨ ਗੁਣ ਪੱਲੇ ਦਾਨਕਾ ਮਾਣਕ ਵਣਜੈ ਸੇ, ਜਿਨ੍ਹਾਂ ਦੇ ਮਨ ਅੰਦਰ ਕੋਈ ਚੰਗਿਆਈ ਦਾ ਅੰਸ਼ ਹੁੰਦਾ ਹੈ ਨਾ, ਹੁੱਬ ਹੁੰਦੀ ਹੈ, ਲਗਨ ਹੁੰਦੀ, ਭੁੱਖ ਹੁੰਦੀ ਹੈ, ਉਹ ਫਿਰ ਗੁਰੂ ਕੋਲੋਂ ਆ ਕੇ ਇਹ ਕੀਮਤੀ ਰਤਨਾਂ ਦੀ ਮੰਗ ਕਰਦੇ ਨੇ, ਸਤਿਗੁਰੂ ਸਾਨੂੰ ਆ ਦਾਤ ਦਿਓ। ਭਾਈ ਗੁਰਦਾਸ ਜੀ ਨੇ ਇੱਕ ਬਾ ਕਮਾਲ ਉਦਾਹਰਣ ਦਿੱਤੀ। ਭਾਈ ਗੁਰਦਾਸ ਜੀ ਨੂੰ ਕਿਸੇ ਨੇ ਪੁੱਛਿਆ, ਆਖਿਆ ਭਾਈ ਜੀ ਗੁਰੂ ਅਰਜਨ ਸਾਹਿਬ ਨੇ ਪੋਥੀ ਸਾਹਿਬ ਸੰਪਾਦਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਂ ਪੋਥੀ ਸਾਹਿਬ ਸੀ, ਜਦੋਂ ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਚ ਸਾਰੀ ਬਾਣੀ ਸੰਪਾਦਨ ਕਰਕੇ ਪ੍ਰਕਾਸ਼ਮਾਨ ਕੀਤੀ ਹੈ, ਉਦੋਂ ਇਹਨੂੰ ਪੋਥੀ ਸਾਹਿਬ ਹੀ ਕਿਹਾ ਜਾਂਦਾ ਸੀ। ਆਖਿਆ ਗੁਰੂ ਸਾਹਿਬ ਨੇ ਪੋਥੀ ਇਸ ਤਰ੍ਹਾਂ ਸੰਪਾਦਨ ਕਰਕੇ ਤਰਤੀਬ ਚ ਬਣਾ ਕੇ ਤੇ ਤੁਸੀਂ ਖੁਦ ਆਪਣੇ ਹੱਥੀਂ ਲਿਖੀ, ਗੁਰੂ ਨੂੰ ਇਹ ਲੋੜ ਕਿਉਂ ਪਈ? ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਉਂ ਕੀਤਾ? ਭਾਈ ਗੁਰਦਾਸ ਜੀ ਕਿਹਾ ਬਾ ਕਮਾਲ ਉਦਾਹਰਨ, ਤਿੰਨ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਸਮਝਣ ਵਾਲੀਆਂ ਨੇ। ਉਹ ਉਹਨਾਂ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਵੀ ਆਪਾਂ ਦੁਕਾਨ ਤੇ ਹੱਟੀ ਤੇ ਜਾਂਦੇ ਹਾਂ ਤੇ ਇਕੱਠਾ ਹੀ ਸੌਦਾ ਲੈ ਆਉਂਦੇ ਹਾਂ ਆਪਾਂ ਕਰਿਆਨੇ ਦਾ,
ਖੰਡ, ਨਮਕ, ਲੂਣ, ਮਿਰਚਾਂ, ਹੋਰ ਜੋ ਕੁਝ ਵੀ ਸਾਨੂੰ ਚਾਹੀਦਾ ਹੁੰਦਾ, ਮੈਦਾ ਲਿਆਂਦਾ, ਆਟਾ ਲਿਆ, ਸਭ ਕੁਝ ਘਿਓ ਲਿਆਂਦਾ, ਲਿਆ ਕੇ ਅਸੀਂ ਰਸੋਈ ਚ ਰੱਖ ਲਿਆ। ਅਸੀਂ ਹੁਣ ਇਹ ਥੋੜੀ ਵੀ ਸਵੇਰੇ ਚਾਹ ਬਣਨੀ ਤੇ ਸਵੇਰੇ ਖੰਡ ਲੈ ਆਓ, ਦੁਪਹਿਰੇ ਬਣਨੀ ਹੈ ਤੇ ਉਦੋਂ ਹੀ ਥੋੜਾ ਚਾਹੀਦਾ। ਚੰਦ ਦਿਨਾਂ ਦਾ ਸਮਾਨ ਅਸੀਂ ਘਰ ਚ ਇਕੱਠਾ ਗਰੋਸਰੀ ਲਿਆ ਕੇ ਰੱਖਦੇ ਹਾਂ, ਕੋਈ ਅੱਠਾਂ ਦਿਨਾਂ ਦਾ ਲਿਆਉਂਦਾ, ਕੋਈ ਮਹੀਨੇ ਦਾ ਇਕੱਠਾ ਲਿਆਉਂਦਾ, ਵੀ ਮਹੀਨੇ ਬਾਅਦ ਫਿਰ ਸਾਡਾ ਗੁਜ਼ਾਰਾ ਹੋ ਜਾਏ। ਹੁਣ ਸਮਾਨ ਲਿਆ ਕੇ ਅਸੀਂ ਰਸੋਈ ਚ ਰੱਖ ਲਿਆ, ਸਵਾਤ ਵਿੱਚ ਰੱਖ ਲਿਆ, ਸਾਡੇ ਘਰ ਪ੍ਰਾਹੁਣੇ ਆ ਗਏ ਤੇ ਰਸੋਈ ਚੋਂ ਸਵਾਣੀ ਨੇ ਸਮਾਨ ਕੱਢਿਆ, ਪ੍ਰਸ਼ਾਦਾ ਬਣਾਇਆ ਤੇ ਆਉਣ ਵਾਲੇ ਪ੍ਰਾਹੁਣੇ ਮਹਿਮਾਨਾਂ ਨੂੰ ਛਕਾ ਦਿੱਤਾ, ਸਬਜ਼ੀ ਬਣਾਈ ਛਕਾਈ, ਚਾਹ ਬਣਾਈ ਛਕਾਈ। ਹੁਣ ਉਹ ਜੋ ਰਸੋਈ ਚ ਪਿਆ ਉਥੋਂ ਕੱਢ ਕੱਢ ਕੇ ਉਹ ਵਰਤੀ ਜਾ ਰਿਹਾ। ਦੂਜੀ ਉਦਾਹਰਣ ਭਾਈ ਗੁਰਦਾਸ ਜੀ ਨੇ ਲਿਖੀ, ਕਹਿਣ ਲੱਗੇ ਵੀ ਕਿਸੇ ਦੇ ਘਰ ਧੀ ਜਾਂ ਪੁੱਤਰ ਦਾ ਵਿਆਹ ਹੈ ਤੇ ਵਿਆਹ ਤੋਂ ਕਈ ਹਫ਼ਤੇ ਪਹਿਲਾਂ, ਕਈ ਦਿਨ ਪਹਿਲਾਂ ਉਹ ਸੌਦਾ ਖਰੀਦ ਕੇ ਲਿਆਉਂਦੇ ਨੇ, ਨਵੇਂ ਕੱਪੜੇ ਲਿਆਉਂਦੇ ਨੇ, ਗਹਿਣੇ ਲਿਆਉਂਦੇ ਨੇ, ਸਾਰਾ ਕੁਝ ਲਿਆ ਕੇ ਘਰ ਵਿੱਚ ਉਹ ਜਿਹੜੀ ਜਿਹੜੀ ਚੀਜ਼ ਦੀ ਵਿਆਹ ਤੇ ਲੋੜ ਪੈਣੀ ਸਭ ਕੁਝ ਇਕੱਠਾ ਕਰ ਲੈਂਦੇ, ਆਏ ਹੋਏ ਮਹਿਮਾਨਾਂ ਵਾਸਤੇ ਬਿਸਤਰੇ ਤੱਕ ਦਾ ਪ੍ਰਬੰਧ ਕਰ ਲੈਂਦੇ। ਫਿਰ ਜਦੋਂ ਵਿਆਹ ਸ਼ੁਰੂ ਹੋ ਜਾਂਦਾ ਫਿਰ ਜਿੱਥੇ ਜਿਹੜਾ ਸਮਾਨ ਇਕੱਠਾ ਕੀਤਾ ਉਹ ਕੱਢ ਕੱਢ ਕੇ ਵਰਤੀ ਜਾਂਦੇ ਨੇ। ਤੀਜੀ ਉਦਾਹਰਣ ਦਿੰਦੇ, ਕਹਿੰਦੇ ਇੱਕ ਜੌਹਰੀ ਕੋਲ ਜਾਂ ਸੁਨਿਆਰੇ ਕੋਲ ਕੋਈ ਹੀਰੇ ਜਾਂ ਸੋਨੇ ਦੇ ਗਹਿਣੇ ਲੈਣ ਗਿਆ। ਹੁਣ ਉਹਦੀ ਦੁਕਾਨ ਚ ਪਹਿਲਾਂ ਮੌਜੂਦ ਹੁੰਦਾ, ਉਹ ਇਹ ਥੋੜੀ ਕਹਿੰਦੇ ਵੀ ਤੁਸੀਂ ਇੱਥੇ ਬੈਠੋ ਤੇ ਮੈਂ ਪਰਸੋਂ ਆਉਣਾ ਤੇ ਪਰਸੋਂ ਮੈਂ ਫਲਾਨੀ ਜਗ੍ਹਾ ਤੋਂ ਫੜ ਕੇ ਲਿਆਉਣਾ ਫਿਰ ਤੁਹਾਨੂੰ ਵਿਖਾਵਾਂਗਾ, ਤੇ ਉਹ ਇੱਕ ਚੀਜ਼ ਸਾਨੂੰ ਵਿਖਾਏ ਤੇ ਫਿਰ ਬੱਸ ਫੜੇ ਤੇ ਚਲਿਆ ਜਾਏ, ਇਸ ਤਰ੍ਹਾਂ ਥੋੜੀ ਹੁੰਦਾ। ਉਹਦੇ ਕੋਲ ਇੰਨਾ ਕੁ ਸਮਾਨ ਪਿਆ ਹੁੰਦਾ ਵੀ ਗਾਹਕ ਆਉਂਦਾ ਉਹ ਕਹਿੰਦਾ ਜੀ ਮੈਨੂੰ ਇਹਦੀ ਕਢਾਈ ਨਹੀਂ ਪਸੰਦ, ਉਹ ਦੂਜਾ ਬਾਕਸ ਖੋਲ ਕੇ ਰੱਖ ਦਿੰਦਾ, ਕਹਿੰਦਾ ਜੀ ਆਹ ਦੇਖੋ, ਤੀਜਾ ਖੋਲਦਾ, ਚੌਥਾ ਖੋਲਦਾ, ਕਿੰਨੇ ਵਜ਼ਨ ਦੀ ਚੀਜ਼ ਚਾਹੀਦੀ ਹੈ, ਕਿਹੋ ਜੀ ਸੁੰਦਰਤਾ ਉਹਦੀ ਕਢਾਈ ਹੋਵੇ ਜਿਹੜੀ ਤੁਹਾਨੂੰ ਵਧੀਆ ਲੱਗਦੀ, ਹਰ ਚੀਜ਼ ਉਹਨੇ ਰੱਖੀ ਹੋਈ ਹੈ। ਵੱਖਰੇ ਵੱਖਰੇ ਕੈਰਟ ਦੇ ਹੀਰੇ ਰੱਖੇ ਹੋਏ ਨੇ, ਵਜ਼ਨ ਦੇ ਰੱਖੇ ਹੋਏ ਨੇ, ਮੁੱਲ ਦੇ ਰੱਖੇ ਹੋਏ ਨੇ, ਉਹ ਕੱਢ ਕੱਢ ਕੇ ਵਿਖਾਈ ਜਾਂਦਾ, ਗਾਹਕ ਨੂੰ ਜਿਹੜੀ ਚੀਜ਼ ਸੂਟ ਕਰਦੀ ਉਹ ਲੈ ਜਾਂਦਾ। ਭਾਈ ਗੁਰਦਾਸ ਜੀ ਨੇ ਤਿੰਨ ਉਦਾਹਰਣਾਂ ਨਾਲ ਆਖਿਆ, ਗੁਰੂ ਨੇ ਬਾਣੀ ਦੀ ਪੋਥੀ ਇਸ ਕਰਕੇ ਬੰਨੀ ਹੈ ਵੀ ਸਤ ਸੰਗ ਵਿੱਚ ਕੋਈ ਵੀ ਅਭਿਲਾਖੀ, ਕੋਈ ਵੀ ਜਗਿਆਸੂ ਆਏ, ਆਪਣੇ ਜੀਵਨ ਦੀ ਕਿਸੇ ਵੀ ਉਲਝਣ ਨੂੰ ਹੱਲ ਕਰਨਾ ਚਾਹੁੰਦਾ ਹੋਵੇ ਤੇ ਉਹ ਬਾਣੀ ਦੀ ਪੋਥੀ ਖੋਲੇ ਤੇ ਇਹਦੇ ਵਿੱਚੋਂ ਆਪਣੇ ਜੀਵਨ ਦਾ ਕੁਝ ਨਾ ਕੁਝ ਭੁੱਖ ਦੂਰ ਕਰਨ ਲਈ ਵਿੱਚੋਂ ਛਕ ਲਵੇ, ਆਪਣੇ ਜੀਵਨ ਤੇ ਗੁਣਾਂ ਦਾ ਸ਼ਿੰਗਾਰ ਕਰ ਲਵੇ। ਕਿੰਨੀਆਂ ਬਾ ਕਮਾਲ ਉਦਾਹਰਣਾਂ ਨੇ, ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀ ਅਤ ਮੇਲ ਗੁਰ ਸਿੱਖ ਪੜ ਸੁਣ ਲੇ ਬੁਲਾਵੇ, ਕਿ ਪੜ੍ਹ ਕੇ ਸੁਣ ਕੇ ਸਿੱਖ ਇਹਦੇ ਨਾਲ ਲੇ ਬੁਲਾਉਣ ਤੇ ਇੱਥੋਂ ਕੁਝ ਲੈ ਕੇ ਜਾਣ। ਹੁਣ ਇਹਨੂੰ ਕਿਹਾ ਧੰਨ ਗੁਰੂ ਅੰਗਦ ਸਾਹਿਬ ਜੀ ਕਿੱਡੀ ਬਾ ਕਮਾਲ ਗੱਲ ਕਰਿਆ, ਪਰ ਇਹਦੀ ਵਿਆਖਿਆ ਵਿੱਚ ਹੀ ਮੈਂ ਇਹ ਉਦਾਹਰਣ ਦਿੱਤੀ ਹੈ। ਤਾਂ ਸਾਹਿਬ ਕਹਿੰਦੇ ਨੇ ਜਿਨ ਗੁਣ ਪੱਲੇ ਨਾਨਕਾ ਮਾਣਕ ਬਣ ਜੈਸੇ, ਜਿਨ੍ਹਾਂ ਦੇ ਅੰਦਰ ਪਹਿਲਾਂ ਕੋਈ ਚੇਤਨਾ ਹੈ ਉਹ ਹੀ ਇਸ ਮਾਣਕ ਨੂੰ ਵਣਜਣਗੇ, ਦੂਜੇ ਕਿੱਥੋਂ ਵਣਜ ਲੈਣਗੇ, ਦੂਜਿਆਂ ਲਈ ਤਾਂ ਕੋਈ ਅਰਥ ਹੀ ਨਹੀਂ ਨਾ। ਤੋ ਪਾਤਸ਼ਾਹ ਖੀਰ ਤੇ ਕਹਿੰਦੇ ਨੇ ਰਤਨਾ ਸਾਰ ਨਾ ਜਾਣਨੀ ਅੰਧੇ ਵਤਨ ਲੋਏ, ਪਰ ਜਿਨ੍ਹਾਂ ਨੂੰ ਐਸੇ ਰਤਨਾ ਦੀ, ਰਤਨ ਗੁਰੂ ਕਾ ਸ਼ਬਦ ਹੈ। ਤੀਸਰੇ ਪਾਤਸ਼ਾਹ ਨੇ ਕਿਹਾ ਗੁਰ ਕਾ ਸ਼ਬਦ ਰਤਨ ਹੈ ਹੀਰੇ ਦੇ ਚਿਜੜਾਓ, ਸ਼ਬਦ ਰਤਨ ਜਿਤ ਮਨ ਲਾਗਾਏ ਹੋਆ ਸੁਣਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰੇ ਜੇ ਚੜਾਓ। ਇਹ ਮੂਲਕ ਦਾਤ ਉਹੀ ਬਣਜੇਗਾ ਜਿਸ ਨੂੰ ਸਾਰ ਹੈ, ਤੇ ਜਿਹਨੂੰ ਸਾਰ ਨਹੀਂ ਉਹ ਬਣਜੇਗਾ ਨਹੀਂ, ਉਹ ਤਾਂ ਫਿਰ ਆਪਣੇ ਅਗਿਆਨਤਾ ਕਾਰਨ ਜਗਤ ਵਿੱਚ ਅਗਿਆਨਤਾ ਉਹਦੇ ਪੱਲੇ ਤੇ ਅਗਿਆਨਤਾ ਹੀ ਉਹ ਵਰਤਦਾ ਹੈ, ਹਰ ਪਾਸੇ ਉਹ ਅਗਿਆਨਤਾ ਦਾ ਵਰਤਾਰਾ ਹੀ ਉਹਦੇ ਜੀਵਨ ਚ ਵਰਤਿਆ ਰਹਿੰਦਾ ਹੈ ਤੇ ਉਹ ਭਟਕਦਾ ਰਹਿੰਦਾ ਹੈ, ਖੁਆਰ ਹੁੰਦਾ ਹੈ। ਸਤਿਗੁਰੂ ਰਹਿਮਤ ਕਰਨ, ਇਹਨਾਂ ਮੁਬਾਰਕ ਉਪਦੇਸ਼ਾਂ ਦਾ ਤਤ ਭਾਵ ਸਾਡੇ ਜੀਵਨ ਦਾ ਹਿੱਸਾ ਬਣੇ, ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ, ਅਦਬ ਸਾਹਿਬ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।